ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਸ਼ਾਇਆ ਰੂਪੀ ਸਾਧ ਹੈ ਜਿਨ ਤਜੇ ਆਬਾਦ ਬਿਬਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1376 ਦੇ ਉਤੇ 228 ਨੰਬਰ ਇਸ ਸ਼ਲੋਕ ਭਗਤ ਕਬੀਰ ਸਾਹਿਬ ਜੀ ਦਾ ਹੈ ਸ਼ਲੋਕ ਦੇ ਮੁੱਖ ਭਾਵ ਦੇ ਵਿੱਚ ਉਹ ਇਹ ਆਖਦੇ ਨੇ ਅਕਾਲ ਪੁਰਖ ਵਾਹਿਗੁਰੂ ਦਰਖਤ ਦੀ ਨਿਆਈ ਹੈ ਤਰਵਰ ਰੂਪੀ RAM ਹੈ ਜਿਵੇਂ ਦਰਖਤ ਨੂੰ ਫਲ ਲੱਗਦੇ ਨੇ ਇਦਾਂ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਫਲ ਲੱਗਦਾ ਹੈ ਉਹ ਬੈਰਾਗ ਦਾ ਫਲ ਲੱਗਦਾ ਹੈ ਫਲ ਰੂਪੀ ਬੈਰਾਗ ਜਿਵੇਂ ਦਰਖਤ ਦੀ ਸ਼ਾਨ ਦੇ ਹੇਠ ਕੋਈ ਬੈਠਦਾ ਹੈ ਉਹਨੂੰ ਸੁੱਖ ਮਿਲਦਾ ਹੈ ਸਕੂਨ ਮਿਲਦਾ ਹੈ ਬਿਲਕੁਲ ਉਸੇ ਤਰ੍ਹਾਂ ਛਾਇਆ ਦੇ ਰੂਪ ਵਾਲਾ ਛਾਂ ਦੇ ਰੂਪ ਵਾਲਾ ਸਾਧੂ ਹੁੰਦਾ ਹੈ ਉਸ ਦਰਖਤ ਦਾ ਪਰਛਾਵਾਂ ਛਾਇਆ ਰੂਪੀ ਸਾਧ ਹੈ ਦਰਖਤ ਦੀ ਛਾਂ ਹੇਠ ਬੈਠ ਕੇ ਜਿਵੇਂ ਸਕੂਨ ਮਿਲਦਾ ਹੈ ਉਦਾਂ ਉਸ ਸਾਧੂ ਦੇ ਕੋਲ ਬੈਠ ਕੇ ਸਕੂਨ ਮਿਲਦਾ ਹੈ ਉਹਦਾ ਸੁਭਾਅ ਹੈ ਜਿੰਨ ਤਜਿਆ ਬਾਦ ਵਿਵਾਦ ਉਹ ਜਿਵੇਂ ਸ਼ਾਹ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੀ ਕੋਈ ਵੀ ਦਰਖਤ ਦੇ ਹੇਠਾਂ ਆ ਕੇ ਬੈਠ ਜਾਵੇ ਤੇ ਉਹ ਇਹ ਨਹੀਂ ਆਖਦੀ ਕਿ ਐਸ ਨੂੰ ਮੈਂ ਆਪਣੇ ਥੱਲੇ ਆਏ ਨੂੰ ਸ਼ਾਹ ਨਹੀਂ ਦੇਣੀ ਉਹ ਸਾਰਿਆਂ ਨੂੰ ਸ਼ਾਹ ਦੇ ਦਿੰਦੀ ਹੈ ਬਿਲਕੁਲ ਇਸੇ ਤਰ੍ਹਾਂ ਸਾਧੂ ਹੈ ਜਿਹੜੇ ਬਾਦ ਵਿਵਾਦ ਛੱਡ ਦਿੱਤਾ ਹੈ ਜਿੰਨੇ ਝਗੜੇ ਝਾਂਦੇ ਝਮੇਲੇ ਛੱਡ ਦਿੱਤੇ ਨੇ ਉਹ ਇਸ ਦਰਖਤ ਦੇ ਹੇਠਾਂ ਸਮਝ ਲਓ ਉਹ ਸ਼ਾਹ ਵਰਗਾ ਹੁਣ ਇਹਨੂੰ ਥੋੜਾ ਜਿਆਦਾ ਢੁੰਗੇ ਪਾਵ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜਦੋਂ ਕਬੀਰ ਸਾਹਿਬ ਇਸ ਗੱਲ ਨੂੰ ਆਖਦੇ ਨੇ ਕਿ ਰੱਬ ਦਰਖਤ ਦੇ ਵਰਗਾ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਦਰਖਤ ਰੱਬ ਹੋ ਗਿਆ ਹੈ ਜਿਵੇਂ ਇੱਥੇ ਸਾਡੇ ਦੇਸ਼ ਦੇ ਵਿੱਚ ਕੋਈ ਦਰਖਤਾਂ ਨੂੰ ਧਾਗੇ ਬੰਨਣ ਲੱਗ ਪੈਂਦਾ ਹੈ ਕੋਈ ਉਹਨਾਂ ਦੇ ਵਿੱਚ ਅਰਗਬਤੀਆਂ ਲਗਾਉਣ ਲੱਗ ਪੈਂਦਾ ਹੈ ਕੋਈ ਉਹਨਾਂ ਦੇ ਹੇਠਾਂ ਦੀਵੇ ਬਾਲੀ ਜਾਂਦਾ ਹੈ ਉਹ ਦੀਵੇ ਬਾਲ-ਬਾਲ ਕੇ ਤੁਸੀਂ ਵੇਖਿਆ ਹੋਵੇਗਾ ਉਹਨਾਂ ਦੀਆਂ ਜੜਾਂ ਕਾਲੀਆਂ ਕਰ ਦਿੱਤੀਆਂ ਉਹਨਾਂ ਨੇ ਉਹਦੇ ਹੇਠਾਂ ਬਾਲ-ਬਾਲ ਕੇ ਉਹ ਕੀ ਕਰਦੇ ਪਏ ਨੇ ਦਰਖਤ ਦੀ ਪੂਜਾ ਹੈ ਰੁੱਖਾਂ ਦੀ ਪੂਜਾ ਜਦੋਂ ਉਹ ਆਖਣਗੇ ਕਿ ਰੱਬ ਦਰਖਤ ਦੇ ਵਰਗਾ ਹੈ ਤੇ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਘਰ ਦੇ ਗਮਲੇ ਦੇ ਵਿੱਚ ਲਾਇਆ ਹੋਵੇ ਕੋਈ ਤુલਸੀ ਵਗੈਰਾ ਦਾ ਬੂਟਾ ਤੇ ਉਹਨੂੰ ਮੱਥਾ ਟੇਕੀ ਦੇਣਾ ਫਿਰ ਰੱਬ ਸ਼ਾਇਦ ਕਿਤੇ ਇਹਦੇ ਵਿੱਚ ਹੈ ਦਰਖਤ ਦਾ ਇੱਕ ਗੁਣ ਲਿਆ ਗਿਆ ਹੈ ਜਿਵੇਂ ਭਾਈ ਗੁਰਦਾਸ ਸਾਹਿਬ ਨੇ ਗੁਣ ਲਿਆ ਹੈ ਭਾਈ ਗੁਰਦਾਸ ਸਾਹਿਬ ਨੇ ਆਖਿਆ ਦਰਖਤ ਆਪਣਾ ਪਰ ਉਪਕਾਰ ਦਾ ਸੁਭਾਅ ਨਹੀਂ ਛੱਡਦਾ ਧਰਤੀ ਉੱਤੇ ਰੁੱਖ ਸਿਰ ਤਲਵਾਇਆ ਆਪ ਸਹਨਦੇ ਦੁੱਖ जग ਵਰਸਾਇਆ ਉਹਨੂੰ ਵਟੇ ਵੀ ਵੱਜਦੇ ਨੇ ਤਾਂ ਵੀ ਫਲ ਦੇ ਹੀ ਜਾਂਦਾ ਹੈ ਉਹਨੂੰ ਲੋਕ ਵੱਢਣ ਦੇ ਲਈ ਵੀ ਆਉਂਦੇ ਨੇ ਪਰ ਵੱਢਣ ਵਾਲੇ ਉਸੇ ਦਰਖਤ ਦੀ ਛਾਵੇਂ ਵੀ ਬੈਠੇ ਹੁੰਦੇ ਨੇ ਵੀ ਪਹਿਲਾਂ ਸ਼ਾਮ ਮਾਣ ਲਈਏ ਫਿਰ ਥੋੜਾ ਜਿਹਾ ਆਰਾਮ ਕਰਕੇ ਇਹਨਾਂ ਨੂੰ ਵੱਢ ਲਵਾਂਗੇ ਉਹਨਾਂ ਨੇ ਆਖਿਆ ਕਿ ਆਪਣੇ ਆਪ ਨੂੰ ਔਖਾ ਕਰਕੇ ਵੀ ਦਰਖਤ ਪਰ ਉਪਕਾਰ ਨਹੀਂ ਛੱਡਦਾ ਉਹਨਾਂ ਨੇ ਉਹ ਉਦਾਹਰਨ ਲਈ ਜਿਹੜਾ ਇੱਥੇ ਕਬੀਰ ਸਾਹਿਬ ਨੇ ਆਖਿਆ ਹੈ ਕਿ ਤਰਵਰ ਰੂਪੀ RAM ਹੈ ਤੇ ਇਹਦਾ ਮਤਲਬ ਹੈ ਵਿਆਪਕਤਾ ਜਿਵੇਂ ਵੱਡਾ ਦਰਖਤ ਹੋਵੇਗਾ ਉਹਦੀ ਅਲੇ-ਦਵਾਲੇ ਸ਼ਾਹ ਹੋਵੇਗੀ ਉਹਦੇ ਅਲੇ-ਦਵਾਲੇ ਜਿੰਨਾ ਖਿਲਾਰ ਹੋਵੇਗਾ ਉਹਦਾ ਪਰਛਾਵਾਂ ਵੀ ਓਡਾ ਵੱਡਾ ਹੋਵੇਗਾ ਹੁਣ ਤੀ ਦੋ ਵਾਹਿਗੁਰੂ ਨੂੰ ਦਰਖਤ ਆਖਿਆ ਹੈ ਤੇ ਸੁਰਤ ਦੇ ਵਿੱਚ ਕਿਸੇ ਦਰਖਤ ਦੀ ਇਮੇਜ ਨਾ ਬਣ ਜਾਵੇ ਕਿ ਸ਼ਾਇਦ ਰੱਬ ਕਿਸੇ ਦਰਖਤ ਦੇ ਵਰਗਾ ਹੈ ਸਿਰਫ ਉਹਦਾ ਇੱਕ ਭਾਵ ਲੈਣਾ ਹੁੰਦਾ ਹੈ ਕਿ ਉਹ ਵਿਸਥਾਰ ਦੇ ਵਿੱਚ ਹੈ ਉਹ ਪੂਰੀ ਤਰ੍ਹਾਂ ਫੈਲਿਆ ਹੋਇਆ ਹੈ ਪਰ ਇਹ ਦਰਖਤ ਹੈ ਕਿੱਥੇ ਹੈ ਕਿ ਇਹ ਦਰਖਤ ਸ਼ਾਇਦ ਕਿਤੇ ਬਾਹਰ ਦੇ ਸੰਸਾਰ ਦੇ ਵਿੱਚ ਜਿੱਦਾਂ ਬਾਕੀ ਪੌਦੇ ਪੇੜ ਪੌਦੇ ਨੇ ਸ਼ਾਇਦ ਉੱਥੇ ਉਦਾਂ ਦਾ ਹੋਵੇਗਾ ਤੇ ਇਹੀ ਧਰਮ ਦੀ ਸਭ ਤੋਂ ਪਹਿਲੀ ਸਾਧਨਾ ਹੈ ਉਹ ਧਰਮ ਦਾ ਦਰਖਤ ਅਕਾਲ ਪੁਰਖ ਵਾਹਿਗੁਰੂ ਦਾ ਦਰਖਤ ਬਾਹਰ ਕਿਤੇ ਵੀ ਨਹੀਂ ਹੈ ਉਹ ਬੰਦੇ ਦੇ ਅੰਦਰ ਹੀ ਹੈ ਉਹ ਬਾਹਰ ਨਹੀਂ ਹੈ ਦਰਖਤ ਉਹ ਸਿਰਫ ਸਾਡੇ ਅੰਦਰ ਹੈ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਦਾ ਦਰਖਤ ਹੈ ਜਿੰਨੂੰ ਅਸੀਂ ਬਖਰੇ ਬਖਰੇ ਲਫਜ਼ਾਂ ਚ ਏਦਾਂ ਵੀ ਪੜ ਲੀਨੇ ਹਾਂ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸਕਾ ਬਿਸਰਾਮ ਦੇਹੀ ਦੇ ਵਿੱਚ ਹੈ ਜਿਹੜਾ ਬਾਹਰ ਬਹੁਤ ਜ਼ਿਆਦਾ ਅਨੰਤ ਹੈ ਉਹ ਅੰਦਰ ਵੀ ਤੇ ਹੈ ਸੋ ਅੰਤਰ ਸੋ ਬਾਹਰ ਅਨੰਤ ਜਿਹੜਾ ਬਾਹਰ ਬੜਾ ਅਨੰਤ ਲੱਗਦਾ ਪਿਆ ਹੈ ਉਹ ਇੱਕ ਰੂਪ ਦੇ ਵਿੱਚ ਅੰਦਰ ਵੀ ਹੈ ਜਾਂ ਇਹਨੂੰ ਅਸੀਂ ਇਦਾਂ ਵੀ ਕਹਿ ਲੈਨੇ ਹਾਂ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀ ਜਿੰਨਾ ਵੀ ਕੁਝ ਹੈ ਜੇ ਦ੍ਰਖਤ ਹੈ ਤੇ ਉਹ ਦ੍ਰਖਤ ਕਿਤੇ ਬਾਹਰ ਨਹੀਂ ਫੈਲਿਆ ਹੋਇਆ ਹੈ ਉਹ ਬੰਦੇ ਦੇ ਅੰਦਰ ਹੀ ਫੈਲਿਆ ਹੋਇਆ ਹੈ ਪਰ ਇਸ ਨੂੰ ਥੋੜਾ ਜਿਆ ਇੱਕ ਸਾਧਨਾ ਵਾਲੇ ਪਾਸੇ ਤੋਂ ਸਮਝ ਲਈਏ ਜਿਹਨੂੰ ਅਸੀਂ ਸਾਧਨਾ ਕਹਿੰਦੇ ਹਾਂ ਭੀ ਸਾਧਨਾ ਕੀ ਹੈ ਜੇ ਬੰਦਾ ਤਪੱਸਿਆ ਕਰਦਾ ਪਿਆ ਹੈ ਤੇ ਉਸ ਤਪੱਸਿਆ ਦਾ ਅਨੁਫਲ ਕੀ ਹੋ ਰਿਹਾ ਹੈ ਕਿ ਕਿੱਦਾਂ ਪਤਾ ਲੱਗੇ ਜੀ ਬੰਦੇ ਨੇ ਇੰਨੇ ਸਾਲ ਜਾਪ ਕੀਤਾ ਹੈ ਜੀ ਇੰਨੇ ਸਾਲ ਬੰਦੇ ਨੇ ਸਾਧਨਾ ਕੀਤੀ ਹੈ ਇੰਨੇ ਸਾਲ ਬੰਦੇ ਨੇ ਤਪੱਸਿਆ ਕੀਤੀ ਹੈ ਤੇ ਬੰਦੇ ਨੂੰ ਮਿਲਿਆ ਕੀ ਉਸ ਤਪੱਸਿਆ ਦੇ ਵਿੱਚ ਤਾਂ ਪਹਿਲਾਂ ਜਿਹੜਾ ਦਰਖਤ ਹੁੰਦਾ ਹੈ ਉਹ ਬੀਜ ਰੂਪ ਦੇ ਵਿੱਚ ਹੁੰਦਾ ਹੈ ਕੋਈ ਵੀ ਚੀਜ਼ ਵੇਖ ਲਓ ਪਹਿਲਾਂ ਉਹਦਾ ਬੀਜ ਹੈ ਨਾ ਤੇ ਬੀਜ ਨੂੰ ਜੜ ਹੁੰਦੀ ਹੈ ਨਾ ਬੀਜ ਨੂੰ ਪੱਤੇ ਹੁੰਦੇ ਨੇ ਨਾ ਬੀਜ ਨੂੰ ਟਾਹਣੀਆਂ ਨੇ ਬੀਜ ਨੂੰ ਕੁਝ ਵੀ ਨਹੀਂ ਹੈ ਬੀਜ ਤੇ ਬੀਜ ਦੀ ਹੈ ਦੁਕਾਨਾਂ ਤੋਂ ਮਿਲ ਜਾਂਦਾ ਹੈ ਘਰਾਂ ਦੇ ਵਿੱਚ ਆ ਕੇ ਵੇਖਦੇ ਹਾਂ ਕਿੰਨੇ ਫਲ ਨੇ ਉਹਨਾਂ ਨੂੰ ਬੀਜ ਨੇ ਉਹਦੇ ਅੰਦਰ ਬੀਜ ਦੇ ਅੰਦਰ ਕੇਵਲ ਤੇ ਕੇਵਲ ਸੰਭਾਵਨਾ ਹੈ ਇਹਦੇ ਤੋਂ ਵੱਧ ਕੁਝ ਨਹੀਂ ਹੈ ਨਾ ਤੇ ਬੀਜ ਨੂੰ ਜਿੱਦਾਂ ਆਪਦੀ ਦੇ ਚਰਨਾਂ 'ਚ ਬੇਨਤੀ ਕੀਤੀ ਨਾ ਬੀਜ ਨੂੰ ਅੰਬ ਲੱਗੇ ਨੇ ਨਾ ਬੀਜ ਨੂੰ ਸੇਬ ਲੱਗੇ ਹੋਏ ਨੇ ਬੀਜ ਨੂੰ ਕੁਝ ਨਹੀਂ ਲੱਗਾ ਹੋਇਆ ਪਰ ਜਿੰਨਾ ਕੁਝ ਪੈਦਾ ਹੋਣਾ ਹੈ ਉਸ ਬੀਜ ਤੋਂ ਹੈ ਇਸੇ ਬੀਜ ਤੋਂ ਪੈਦਾ ਹੋਇਆ ਹੈ ਦਰਖਤ ਇਸ ਦਰਖਤ ਨੂੰ ਫਲ ਵੀ ਲੱਗਾ ਹੋਇਆ ਹੈ ਇਸ ਦਰਖਤ ਨੂੰ ਜੜ੍ਹ ਵੀ ਹੈ ਇਸ ਦਰਖਤ ਨੂੰ ਟਾਣੀਆਂ ਵੀ ਨੇ ਇਸ ਦਰਖਤ ਨੂੰ ਪੱਤੇ ਵੀ ਨੇ ਜਦੋਂ ਬੀਜ ਨੇ ਆਪਣੇ ਆਪ ਨੂੰ ਖਤਮ ਕੀਤਾ ਹੈ ਤੇ ਫਿਰ ਦਰਖਤ ਬਣਿਆ ਹੈ ਜਿਹੜਾ ਸਾਡੇ ਅੰਦਰ ਬੀਜ ਮੰਤਰ ਹੈ ਜਿਹੜਾ ਸਾਡੇ ਅੰਦਰ ਸਭ ਤੋਂ ਜਿਹਨੂੰ ਰੂਟ ਕੌਜ਼ ਕਹਿ ਸਕਦੇ ਹਾਂ ਜਿਹੜਾ ਸਭ ਤੋਂ ਸ਼ੁਰੂਆਤ ਦੇ ਵਿੱਚ ਹੈ ਉਹ ਸਾਰਿਆਂ ਦੇ ਅੰਦਰ ਹੀ ਹੈ ਉਹ ਇਹ ਨਹੀਂ ਹੈ ਕਿ ਇੱਕ ਦੇ ਅੰਦਰ ਹੈ ਤੇ ਦੂਜੇ ਦੇ ਅੰਦਰ ਹੈ ਨਹੀਂ ਉਹ ਸਾਰਿਆਂ ਦੇ ਅੰਦਰ ਹੀ ਹੈ ਪਰ ਉਸ ਦੇ ਫੁੱਟਣ ਦੀ ਉਸ ਦੇ ਪੈਦਾ ਹੋਣ ਦੀ ਸੰਭਾਵਨਾ ਇਹ ਵੀ ਕਹਿ ਲੋ ਕਿ ਸਾਰਿਆਂ ਦੇ ਅੰਦਰ ਹੈ ਪਰ ਪੈਦਾ ਸਾਰਿਆਂ ਦੇ ਅੰਦਰ ਨਹੀਂ ਹੋ ਪਾਉਂਦਾ ਜਿਵੇਂ ਦੁਕਾਨ ਦੇ ਉਤੋਂ ਆਪਾਂ ਬੀਜ ਲੈਣ ਜਾਵਾਂਗੇ ਤੁਸੀਂ ਵੇਖਿਆ ਹੋਵੇਗਾ ਬੀਜਾਂ ਦੇ ਵਿੱਚ ਵੀ ਕੁਝ ਬੀਜ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਨਿਪੁੰਸਕ ਬੀਜ ਆਖਿਆ ਜਾਂਦਾ ਹੈ ਜੇ ਦੁਕਾਨ ਦੇ ਵਿੱਚੋਂ ਤੁਸੀਂ ਵੇਖਿਆ ਹੋਵੇਗਾ ਨਾ ਪੈਕਟ ਦੇ ਵਿੱਚ ਬੀਜ ਲੈਣ ਜਾਈਏ ਨਾ ਤੇ ਜ਼ਰੂਰੀ ਨਹੀਂ ਹੈ ਕਿ ਜੇ 100 ਬੀਜ ਆਇਆ ਹੈ ਪੈਕੇਟ ਦੇ ਵਿੱਚ ਤੇ 100 ਦਾ 100 ਉਗ ਹੀ ਜਾਵੇ ਉਗਦਾ ਹੀ ਨਹੀਂ ਹੈ ਉਹ ਪਿਆ ਰਹਿ ਜਾਂਦਾ ਹੈ ਉੱਥੇ ਤੇ ਫਿਰ ਉਹਦੇ ਤੋਂ ਵੀ ਅੱਗੇ ਕਈ ਹੁੰਦੇ ਨੇ ਉਗ ਜਾਂਦੇ ਨੇ ਪਰ ਉਹਨਾਂ ਨੂੰ ਫੁੱਲ ਨਹੀਂ ਲੱਗਦੇ ਉਹਨਾਂ ਨੂੰ ਫਲ ਵੀ ਨਹੀਂ ਲੱਗਦਾ ਸਿਰਫ ਉਹ ਸਮਝ ਲਓ ਜਗਾ ਉੱਥੇ ਘੇਰ ਕੇ ਖੜੇ ਰਹਿ ਜਾਂਦੇ ਨੇ ਹਜ਼ਾਰਾਂ ਫਲਾਂ ਦੇ ਵਿੱਚੋਂ ਹਜ਼ਾਰਾਂ ਪੌਦਿਆਂ ਦੇ ਵਿੱਚੋਂ ਇੱਕ ਦਾ ਜਿਹੜਾ ਪੌਦਾ ਹੈ ਉਹ ਇਦਾਂ ਦਾ ਰਹਿ ਜਾਂਦਾ ਹੈ ਹਰ ਬੀਜ ਦੇ ਅੰਦਰ ਲਗਭਗ ਸੰਭਾਵਨਾ ਹੈ ਫੁੱਟ ਜਾਣ ਦੀ ਤੇ ਜਿੰਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਹੈ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾਮੈ ਜਪੈ ਕੋਉ ਨਾਮ ਉਹ ਬੀਜ ਮੰਤਰ ਸਾਰਿਆਂ ਦੇ ਅੰਦਰ ਹੈ ਪਰ ਉਸ ਬੀਜ ਦੇ ਫੁੱਟਣ ਦੀ ਸੰਭਾਵਨਾ ਜਿੱਥੇ ਉਹ ਜਾ ਕੇ ਫੁੱਟ ਗਿਆ ਹੈ ਉਹ ਕਿਸੇ ਵਿਰਲੇ ਦੇ ਅੰਦਰ ਹੈ ਉਹ ਸਾਰਿਆਂ ਦੇ ਅੰਦਰ ਫੁੱਟਦਾ ਨਹੀਂ ਹੈ ਡੱਬੇ ਦੇ ਵਿੱਚ ਪਿਆ ਰਹੇ ਨਾ ਬੀਜ ਛੇ-ਛੇ ਮਹੀਨੇ ਪਿਆ ਰਹੇ ਕੁਝ ਨਹੀਂ ਉਗਦਾ ਉਹਦਾ ਜਦੋਂ ਅਸੀਂ ਵੇਖਦੇ ਹਾਂ ਜਿਹੜੀ ਕਣਕ ਸੰਭਾਲ ਲਈ ਗਈ ਹੈ ਹੁਣ ਕਰਾਂ ਦੇ ਵਿੱਚ ਇਹਨੇ ਹੁਣ ਸਾਲ ਪਈ ਰਹਿਣਾ ਹੈ ਇਹਨੇ ਕੁਝ ਨਹੀਂ ਹੋਣਾ ਨਾ ਇਹਨਾਂ ਡਰਮ ਦੇ ਵਿੱਚ ਉਗ ਪੈਣਾ ਹੈ ਨਾ ਇਹਨੇ ਡੱਬੇ ਦੇ ਵਿੱਚ ਪਈਨੇ ਉਗਣਾ ਹੈ ਪਰ ਜਿੱਦਣ ਇਹਨੂੰ ਜ਼ਮੀਨ ਮਿਲ ਗਈ ਇਹਦਾ ਸੀਜ਼ਨ ਆ ਗਿਆ ਇਹਨੇ ਪਈ ਪਈਨੇ ਉਗ ਜਾਣਾ ਮੈਂ ਅਕਸਰ ਬੇਨਤੀ ਕਰਦਾ ਹਾਂ ਸਾਡੇ ਕਰਾਂ ਦੇ ਵਿੱਚ ਪਏ ਪਿਆਜ਼ ਆਪਣੇ ਸੀਜ਼ਨ ਦੇ ਵਿੱਚ ਆਪ ਹੀ ਉਗ ਜਾਂਦੇ ਆਲੂ ਜਿਹੜੇ ਹੁੰਦੇ ਨੇ ਤੁਸੀਂ ਵੇਖੋ ਉਸਾਪ ਹੋਏ ਹੋਣ ਨਾਲ ਤੇ ਮਿੱਟੀ ਥੋੜੀ ਜਿਹੀ ਵੀ ਲੱਗੀ ਹੋਵੇ ਉਹ ਹਵਾ ਆਉਂਦੀ ਹੈ ਆਪਣੀ ਸੀਜ਼ਨ ਦੇ ਵਿੱਚ ਉਸੇ ਵੇਲੇ ਫੁੱਟਣੇ ਸ਼ੁਰੂ ਹੋ ਜਾਂਦੇ ਨੇ ਅਵੈਮੀ ਲੋਕ ਘਰਾਂ ਦੇ ਵਿੱਚ ਜਿਉਂ ਰੱਖਦੇ ਹੁੰਦੇ ਸੀ ਆ ਵੇਖ ਲਓ ਖਾਸ ਦਿਨਾਂ ਦੇ ਵਿੱਚ ਆ ਕੇ ਜਿਉਂ ਆਪਣੇ ਆਪ ਹੀ ਫੁੱਟਣੇ ਸ਼ੁਰੂ ਹੋ ਜਾਂਦੇ ਉਹਦੇ ਪਿੱਛੇ ਆਸਥਾ ਕੋਈ ਵੀ ਹੋਵੇ ਪਰ ਉਹਦਾ ਸੀਜ਼ਨ ਆ ਗਿਆ ਬੀਜ ਨੇ ਫੁੱਟ ਜਾਣਾ ਹੈ ਹਰ ਬੀਜ ਦੇ ਅੰਦਰ ਲਗਭਗ ਫੁੱਟਣ ਦੀ ਸੰਭਾਵਨਾ ਹੈ ਪਰ ਜ਼ਰੂਰੀ ਨਹੀਂ ਹੈ ਸਾਰੀਆਂ ਥਾਵਾਂ ਤੇ ਬੀਜ ਫੁੱਟ ਪੈਂਦਾ ਜਿੱਥੇ ਬੀਜ ਫੁੱਟ ਗਿਆ ਉਥੇ ਦਰਖਤ ਬਣ ਜਾਂਦਾ ਹੈ ਉਥੇ ਤਰਵਰ ਬਣ ਜਾਂਦਾ ਹੈ ਇਹ ਸਾਡੀ ਸਾਧਨਾ ਹੈ ਬੀਜ ਸਾਰਿਆਂ ਦੇ ਅੰਦਰ ਪਾਇਆ ਹੈ ਮਾਰਕ ਵਾਹਿਗੁਰੂ ਨੇ ਇਹ ਨਾ ਕੋਈ ਕਹਿ ਸਕਦਾ ਕਿ ਇਹ ਸ਼ੁੱਧ ਰ ਹੈ ਤੇ ਇਹਦੇ ਅੰਦਰ ਬੀਜ ਨਹੀਂ ਹੈ ਤੇ ਇਹ ਬ੍ਰਾਹਮਣ ਹੈ ਤੇ ਇਹਦੇ ਅੰਦਰ ਰੱਬ ਨੇ ਸ਼ਾਇਦ ਜ਼ਿਆਦਾ ਪਾ ਦਿੱਤਾ ਜਦੋਂ ਉਪਦੇਸ਼ ਸਾਰਿਆਂ ਲਈ ਸਾਂਝਾ ਹੈ ਇਹਦਾ ਮਤਲਬ ਹੈ ਇਹ ਸਾਂਝੀ ਉਪਦੇਸ਼ ਹੈ ਵਾਹਿਗੁਰੂ ਨੇ ਸਾਰਿਆਂ ਦੇ ਅੰਦਰ ਸੰਭਾਵਨਾ ਪਾਈ ਹੋਈ ਹੈ ਪਰ ਤਰਵਰ ਸਾਰਿਆਂ ਦੇ ਅੰਦਰ ਨਹੀਂ ਬਣਦਾ ਦਰਖਤ ਸਾਰਿਆਂ ਦੇ ਅੰਦਰ ਨਹੀਂ ਬਣਦਾ ਮੈਂ ਜੀਵਨ ਬੇਨਤੀ ਕੀਤੀ ਹੈ ਮਾਰਦ ਨੇ ਆਖਿਆ ਹੈ ਤਰਵਰ ਰੂਪੀ RAM ਹੈ ਰੱਬ ਦਰਖਤ ਦੇ ਵਾਂਗ ਹੈ ਤੇ ਤਰਵਰ ਦਾ ਇੱਥੇ ਮਤਲਬ ਹੈ ਵਿਸਥਾਰਿਤ ਹੋ ਚੁੱਕਾ ਹੈ ਇੱਥੇ ਫੈਲ ਚੁੱਕਾ ਹੈ ਬੀਜ ਦੇ ਬੀਜ ਦੇ ਰੂਪ ਦੇ ਵਿੱਚ ਤੇ ਉਹ ਸਾਰਿਆਂ ਦੇ ਅੰਦਰ ਹੈ ਬੀਜ ਸਾਰਿਆਂ ਦੇ ਅੰਦਰ ਹੈ ਪਰ ਤਰਵਰ ਦੀ ਵਿਆਖਿਆ ਇਹ ਚੱਲਦੀ ਪਈ ਹੈ ਕਿ ਇੱਥੇ ਹੁਣ ਸਾਧਨਾ ਨੇ ਕੰਮ ਕਰ ਚੁੱਕ ਕੰਮ ਕਰ ਲਿਆ ਹੈ ਇੱਥੇ ਬੰਦੇ ਦੀ ਜਿਹੜੀ ਜਿੰਨੀ ਲਗਭਗ ਅੰਤ ਖਲੋਵਾ ਆਏ ਜੇ ਸਤਿਗੁਰ ਅੱਗੇ ਘੱਲਿਆ ਜਿੰਨੀਆਂ ਵੀ ਮਿਹਨਤਾਂ ਕੀਤੀਆਂ ਸੀ ਨਾ ਉਹਦਾ ਕੁਝ ਨਾ ਕੁਝ ਪ੍ਰਭਾਵ ਇਸ ਜੀਵਨ ਦੇ ਵਿੱਚ ਫੁੱਟਣਾ ਸ਼ੁਰੂ ਹੋ ਗਿਆ ਹੈ ਔਰ ਕਿਤੇ ਬਾਹਰ ਨਹੀਂ ਫਟਿਆ ਹਰ ਬੰਦੇ ਦੇ ਅੰਦਰ ਚੇਤਨਤਾ ਦੇ ਅੰਦਰ ਸਮਝ ਦੇ ਅੰਦਰ ਅਕਾਲ ਪੁਰਖ ਵਹਿਗੁਰੂ ਦੇ ਰੱਬ ਦੇ ਨਾਮ ਦਾ ਦਰਖਤ ਉੱਗਦਾ ਹੈ ਹਰ ਬੰਦੇ ਦੇ ਅੰਦਰ ਹੈ ਜਿੱਦਾਂ ਬਾਹਰੀ ਦਰਖਤ ਹੈ ਉਦਾਂ ਹੀ ਅਕਾਲ ਪੁਰਖ ਵਹਿਗੁਰੂ ਦੇ ਨਾਮ ਦਾ ਦਰਖਤ ਹਰ ਬੰਦੇ ਦੇ ਅੰਦਰ ਬੀਜ ਦੀ ਸੰਭਾਵਨਾ ਤੇ ਹਰ ਅੰਦਰ ਹੈ ਹਾਂ ਇਹਨਾਂ ਕਹਿ ਰਿਹਾ ਹਾਂ ਵਾਰ-ਵਾਰ ਉਥੇ ਦਰਖਤ ਬਣ ਸਕਿਆ ਕਿ ਨਹੀਂ ਬਣ ਸਕਿਆ ਇਹ ਬੰਦੇ ਦੀ ਸਾਧਨਾ ਸੀ ਕਬੀਰ ਸਾਹਿਬ ਆਖਦੇ ਨੇ ਕਬੀਰ ਤਰਵਰ ਰੂਪੀ RAM ਹੈ ਇਹ ਉਥੇ ਦੀ ਗੱਲ ਚੱਲਦੀ ਪਈ ਹੈ ਜਿੱਥੇ ਬੀਜ ਨੇ ਆਪਣਾ ਨਵਾਂ ਸਫਰ ਸ਼ੁਰੂ ਕਰ ਲਿਆ ਹੈ ਤੇ ਦਰਖਤ ਬਣਨ ਦੀ ਸੰਭਾਵਨਾ ਪੈਦਾ ਕਰ ਲਈ ਹੈ ਮੈਂ ਇਸ ਨੂੰ ਇਸ ਕਰਕੇ ਬੇਨਤੀ ਕਰਦਾ ਪਿਆ ਹਾਂ ਵਾਰ-ਵਾਰ ਬੋਤੀ ਵਾਰ ਧਾਰਮਿਕ ਸਾਧਨਾ ਨੂੰ ਜਿੰਦਿਆਂ ਜਿੰਦਿਆਂ ਸਾਡੇ ਅੰਦਰੋਂ ਸਮਝ ਲਓ ਉਹ ਬੀਜ ਹੀ ਨਹੀਂ ਟੁੱਟਦਾ ਬੀਜ ਟੁੱਟੇਗਾ ਨਹੀਂ ਤੇ ਦਰਖਤ ਕਿਦਾਂ ਬਣ ਜਾਵੇਗਾ ਜਿੱਥੇ ਬੀਜ ਖਤਮ ਨਹੀਂ ਹੋਵੇਗਾ ਉੱਥੇ ਦਰਖਤ ਬਣਦੀ ਸੰਭਾਵਨਾ ਹੈ ਹੀ ਨਹੀਂ ਕਿਹੜੀ ਫਸਲ ਹੈ ਜਿਹੜੀ ਅਸੀਂ ਜ਼ਮੀਨ ਦੇ ਵਿੱਚ ਬੀਜਦੇ ਹਾਂ ਤੇ ਬੀਜਣ ਤੋਂ 2 ਮਹੀਨੇ ਬਾਅਦ ਜੇਕਰ ਉਹਨੂੰ ਵਧਣਾ ਹੋਵੇ ਤੇ ਖਿੱਚਦੇ ਆਂ ਤੇ ਇਹ ਕਹੀਏ ਕਿ ਉਹਦਾ ਬੀਜ ਜੜ ਦੇ ਵਿੱਚ ਲੱਗਾ ਹੋਵੇਗਾ ਉਹਦਾ ਜੜ ਦੇ ਵਿੱਚ ਤੇ ਬੀਜ ਖਤਮ ਹੋ ਚੁੱਕਾ ਹੈ ਤਾਂ ਹੀ ਤੇ ਉੱਠਿਆ ਹੈ ਬੀਜ ਫੁੱਟਿਆ ਹੈ ਤੇ ਜਿਹੜਾ ਹੈ ਪੌਦਾ ਪੈਦਾ ਹੋਇਆ ਹੈ ਉਤੋਂ ਨਹੀਂ ਤੇ ਨਹੀਂ ਪੈਦਾ ਹੋ ਸਕਦਾ ਉਹ ਜਿਹੜਾ ਬੀਜ ਹੈ ਉਸ ਬੀਜ ਨੂੰ ਆਪਣੀ ਸਾਧਨਾ ਦੇ ਨਾਲ ਤੋੜ ਕੇ ਸਾਧਨਾ ਦਾ ਮਤਲਬ ਇਹ ਵੀ ਨਹੀਂ ਕਿ ਸਰੀਰ ਨੂੰ ਕਸ਼ਟ ਦੇਣੇ ਅਸੀਂ ਅੱਗੇ ਵਿਚਾਰਾਂਗੇ ਸਾਧਨਾ ਦਾ ਮਤਲਬ ਇਹੀ ਹੈ ਕਿ ਵੈਰਾਗ ਪੈਦਾ ਹੋ ਕੇ ਤੇ ਉਸ ਸਾਧਨਾ ਦੇ ਨਾਲ ਆਪਣੇ ਅੰਦਰ ਉਹ ਦਰਖਤ ਪੈਦਾ ਕਰਨਾ ਜਿਹਨੂੰ ਭਗਤ ਕਬੀਰ ਸਾਹਿਬ ਜੀ ਆਖਦੇ ਨੇ ਕਿ ਅਨੰਤ ਡਾਰ ਸ਼ਾਖਾ ਵਾਲਾ ਬੜੀਆਂ ਸ਼ਾਖਾਂ ਵਾਲਾ ਜਿਹੜਾ ਦਰਖਤ ਹੈ ਨਾ ਉਹ ਸਮਝ ਲਓ ਸਾਡੇ ਅੰਦਰ ਹੀ ਵਾਹਿਗੁਰੂ ਨੇ ਪੈਦਾ ਕੀਤਾ ਹੈ ਮੈਂ ਸ਼ੁਰੂ ਦੇ ਵਿੱਚ ਬੇਨਤੀ ਕੀਤੀ ਹੈ ਥੋੜੀ ਜੀ ਔਖੀ ਗੱਲ ਹੋਵੇਗੀ ਇਸੇ ਕਰਕੇ ਬੜੀ ਇਕਾਗਰਤਾ ਚਾਹੀਦੀ ਹੈ ਇਹਨਾਂ ਗੱਲਾਂ ਨੂੰ ਸਮਝਣ ਦੇ ਲਈ ਤੇ ਮੈਂ ਇਸ ਕਰਕੇ ਆਪ ਜੀ ਦੇ ਅੱਗੇ ਰੱਖਦਾ ਪਿਆ ਹਾਂ ਕਿ ਆਪ ਦੀ ਇਸ ਗੱਲ ਨੂੰ ਸਮਝ ਲੈਂਦੇ ਹੋ ਤਾਂ ਮੈਂ ਤਾਂ ਕਰਕੇ ਬੇਨਤੀ ਕਰਦਾ ਪਿਆ ਹਾਂ ਤਾਂ ਮੇਰੀ ਲਗਭਗ ਇਸ ਸ਼ਲੋਕ ਦੇ ਬਾਰੇ ਗੱਲ ਵੀ ਹੋ ਰਹੀ ਸੀ ਜਿਨ੍ਹਾਂ ਦੇ ਕੋਲੋਂ ਮੈਂ ਪੜਿਆ ਹਾਂ ਤੂੰ ਇਹੀ ਗੱਲ ਕਹਿ ਰਹੀ ਸੀ ਕਹਿੰਦੇ ਤੇ ਤਾਂ ਗੱਲ ਕਹਿਣ ਵਾਲੀ ਹੈ ਜੇ ਸਮਝਣ ਵਾਲੀ ਗੱਲ ਹੈ ਤੇ ਸਮਝਣ ਦਾ ਮਸਲਾ ਨਹੀਂ ਇਨ੍ਹਾਂ ਸ਼ਲੋਕਾਂ ਦੇ ਵਿੱਚ ਆ ਰਿਹਾ ਤੇ ਨੰਗ ਜਾਣਾ ਚਾਹੀਦਾ ਹੈ ਨਹੀਂ ਕੁਝ ਕਹਿਣਾ ਚਾਹੀਦਾ ਇਹਦੇ ਬਾਰੇ ਜ਼ਿਆਦਾ ਤੋ ਇਸ ਕਰਕੇ ਵੈਗਰੂ ਦੀ ਕਿਰਪਾ ਦੇ ਨਾਲ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਸ ਗੱਲ ਨੂੰ ਆਖਦਾ ਹਾਂ ਤੁਸੀਂ ਸਮਝਦੇ ਜੇ ਇਸ ਗੱਲ ਨੂੰ ਤਾਂ ਮੈਂ ਤਾਂ ਬੇਨਤੀਆਂ ਕਰ ਦੇਣਾ ਆਪਜੀ ਦੇ ਚਰਨਾਂ ਦੇ ਵਿੱਚ ਨਹੀਂ ਤੇ ਬਹੁਤਿਆਂ ਦੇ ਲਈ ਇਹ ਗੱਲਾਂ ਉਤ ਉਤੋਂ ਦੀ ਲੰਘ ਜਾਣ ਵਾਲੀਆਂ ਨੇ ਸੋਚਦੇ ਵਿੱਚ ਵੀ ਨਹੀਂ ਆਉਂਦੀਆਂ ਕਿ ਇਹ ਵੀ ਗੱਲਾਂ ਚੱਲ ਸਕਦੀਆਂ ਨੇ ਕਿਉਂਕਿ ਸਾਰਿਆਂ ਨੂੰ ਉਤਲਾ ਉਤਲਾ ਧਰਮ ਚਾਹੀਦਾ ਹੁੰਦਾ ਸਾਖੀ ਸੁਣਾ ਦਿਓ ਕਹਾਣੀ ਸੁਣਾ ਦਿਓ ਚਸਕੇ ਵਾਲੀਆਂ ਗੱਲਾਂ ਸੁਣਾ ਦਿਓ ਸਮਾਂ ਤੇ ਉਹਦੇ ਨਾਲ ਵੀ ਨਿਕਲ ਜਾਂਦਾ ਹੈ ਪਰ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਆਤਮਾ ਦੇ ਕੰਮ ਨਹੀਂ ਆਉਂਦੀਆਂ ਕਿਤੇ ਉਹ ਜੀਵਨ ਦੇ ਕੰਮ ਨਹੀਂ ਆਉਂਦੀਆਂ ਮਸਲੇ ਸੁਣਾ ਦੇਣੇ ਔਖਾ ਕੰਮ ਨਹੀਂ ਹੈ ਪਰ ਮਸਲੇ ਜੀਵਨ ਦੇ ਕਿਸੇ ਕੰਮ ਨਹੀਂ ਆਉਂਦੇ ਹੁੰਦੇ ਕੰਨਾਂ ਦੇ ਬਹੁਤ ਵਧੀਆ ਕੰਮ ਆ ਜਾਂਦੇ ਨੇ ਕੰਨਾਂ ਨੂੰ ਟੇਸਟ ਬਣਿਆ ਰਹਿੰਦਾ ਹੈ ਇਨਾਂ ਗੱਲਾਂ ਦਾ ਉਹ ਟੇਸਟ ਤੇ ਕਿਤੇ ਵੀ ਬੰਦਾ ਪੂਰਾ ਕਰ ਸਕਦਾ ਹੈ ਸਾਧਨਾ ਇਹੀ ਹੈ ਅੰਦਰ ਉਹ ਦਰਖਤ ਪੈਦਾ ਹੋਵੇ ਔਰ ਹਰ ਬੰਦੇ ਦਾ ਆਪਣਾ ਹੈ ਹਰ ਬੰਦੇ ਦਾ ਨਿਜ ਹੈ ਔਰ ਜਿੰਨਾ ਜਿੰਨਾ ਵਿਸਥਾਰ ਦੇ ਵਿੱਚ ਉਹ ਦਰਖਤ ਹੋਵੇਗਾ ਉਹਨੇ ਉਹਨੇ ਫਲ ਦੀ ਸੰਭਾਵਨਾ ਬੰਦੇ ਦੇ ਅੰਦਰ ਜ਼ਿਆਦਾ ਹੈ ਜਿਵੇਂ ਆਪਾਂ ਵੇਖਦੇ ਹਾਂ ਪੌਦਾ ਵੱਡਾ ਹੋਵੇਗਾ ਉਹਨੂੰ ਕੁਇੰਟਲ ਦੇ ਹਿਸਾਬ ਦੇ ਨਾਲ ਫਲ ਲੱਗ ਜਾਣਗੇ ਪੌਦਾ ਛੋਟਾ ਹੋਵੇਗਾ ਉਹਨੂੰ ਕਿਲੋਆਂ ਦੇ ਹਿਸਾਬ ਦੇ ਨਾਲ ਫਲ ਲੱਗ ਜਾਣੇ ਆ ਜਿਹੜੇ ਅੰਬ ਆਉਂਦੇ ਨੇ ਉਹਨਾਂ ਦੇ ਵਿੱਚੋਂ ਕੁਝ ਪੌਦੇ ਇਦਾਂ ਦੇ ਨੇ ਜਿਨ੍ਹਾਂ ਨੂੰ ਸੀਜ਼ਨ ਦੇ ਵਿੱਚ ਡੇਢ ਤੋਂ 2-2 ਕੁਇੰਟਲ ਅੰਬ ਲੱਗ ਜਾਂਦੇ ਨੇ ਕਿਉਂਕਿ ਪੌਦੇ ਵੱਡੇ ਨੇ ਉਹਨਾਂ ਦੇ ਕਈ ਐ ਵੀ ਹੈ ਨੇ 10-12 ਕਿਲੋ ਲੱਗ ਗਏ 20 ਕਿਲੋ ਲੱਗ ਗਏ ਤੇ ਗੱਲ ਖਤਮ ਹੋ ਗਈ ਜਿੰਨਾ ਜਿੰਨਾ ਆਪਣੇ ਅੰਦਰ ਉਹ ਦਰਖਤ ਵੱਡਾ ਹੈ ਉਨਾ ਉਹਨਾਂ ਰੱਬੀ ਬਖਸ਼ਿਸ਼ਾਂ ਦਾ ਫਲ ਲੱਗਦਾ ਹੈ ਪਰ ਇੱਥੇ ਇੱਕ ਫਲ ਦੀ ਗੱਲ ਕੀਤੀ ਹੈ ਭਗਤ ਕਬੀਰ ਸਾਹਿਬ ਨੇ ਇੱਕ ਟਾਈਮ ਦੇ ਉੱਤੇ ਇੱਕ ਦਰਖਤ ਨੂੰ ਇੱਕੋ ਫਲ ਲੱਗੇਗਾ ਇਹ ਬਾਹਰੀ ਦਰਖਤ ਦੀ ਸੰਭਾਵਨਾ ਹੈ ਵੀ ਇਹ ਨਹੀਂ ਵੀ ਅੰਬ ਦੇ ਦਰਖਤ ਦੇ ਨਾਲ ਸੇਬ ਵੀ ਉਸੇ ਉੱਤੇ ਲੱਗ ਗਏ ਉਹਨੂੰ ਉਹੀ ਲੱਗੇਗਾ ਪਰ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਦਰਖਤ ਹੈ ਇਸ ਕਰਕੇ ਇਸ ਦਰਖਤ ਨੂੰ ਸਿਰਫ ਇੱਕ ਫਲ ਨਹੀਂ ਲੱਗਦਾ ਜਿੰਨੇ ਲੱਗਦੇ ਨੇ ਉਹ ਸਾਰੇ ਉਹਦੀ ਬਖਸ਼ਿਸ਼ ਦੇ ਵਿੱਚ ਹੀ ਨੇ ਮਰਜ ਆਖਦੇ ਨੇ ਸਤਗੁਰ ਸ਼ਬਦ ਦੀ ਮਿਲੈ ਵਿਸੁੰਨੀ ਤਨ ਮਨ ਆਗੇ ਰੱਖੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਅੰਮ੍ਰਿਤ ਹਰ ਰਸ ਚੱਖੈ ਕਿ ਉਹ ਬੰਦਾ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਨਾਲ ਜਿਹਦੇ ਅੰਦਰ ਇਹ ਦਰਖਤ ਪੈਦਾ ਹੋ ਗਿਆ ਹੈ ਨਾ ਜਿਵੇਂ ਸਿਰਫ ਸਮਝਣ ਦੀ ਖਾਤਰ ਇਹ ਗੱਲ ਹੈ ਜੇ ਮੈਂ ਆਪ ਜੀ ਦੇ ਅੱਗੇ ਰੱਖ ਸਕਾਂ ਜਿਹੜਾ ਵੀ ਫਲ ਵਾਲਾ ਦਰਖਤ ਹੈ ਉਹ ਆਪਣਾ ਫਲ ਆਪ ਲੈ ਰਿਹਾ ਹੁੰਦਾ ਹੈ ਆਪਣਾ ਸਕੂਨ ਆਪ ਲੈ ਰਿਹਾ ਹੁੰਦਾ ਹੈ ਵੀ ਇਹ ਨਹੀਂ ਹੋਇਆ ਵੀ ਅੰਬ ਦਾ ਦਰਖਤ ਅੰਬ ਦਾ ਸਵਾਦ ਲੈਣ ਲਈ ਕਿਸੇ ਦੂਸਰੇ ਥਾਂ ਦੇ ਉੱਤੇ ਜਾਵੇਗਾ ਉਹਦੇ ਅੰਦਰ ਹੀ ਉਹਨਾਂ ਚੱਲਦਾ ਪਿਆ ਹੈ ਜਿਵੇਂ ਹਰ ਦਰਖਤ ਨੂੰ ਆਪਣੇ ਆਪਣੇ ਫਲ ਦਾ ਆਪਣੀ ਆਪਣੀ ਹੋਂਦ ਦਾ ਇੱਕ ਆਨੰਦ ਆ ਰਿਹਾ ਹੁੰਦਾ ਹੈ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹ ਇਸ ਬਾਬਤ ਇਦਾਂ ਕਹਿੰਦੇ ਨੇ ਇਦਾਂ ਹਰ ਬੰਦੇ ਦੇ ਅੰਦਰ ਜਿਹੜਾ ਰੱਬ ਦੇ ਨਾਮ ਦਾ ਦਰਖਤ ਹੈ ਉਸ ਦਰਖਤ ਦਾ ਉਸ ਦਾ ਫਲ ਦਾ ਉਹਨੂੰ ਸਵਾਦ ਆ ਰਿਹਾ ਹੁੰਦਾ ਹੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਹਰ ਦੇ ਹਰ ਬੰਦੇ ਦੇ ਅੰਦਰ ਉਹ ਜਿਹੜਾ ਫਲਿਆ ਹੋਇਆ ਹੈ ਪੈਦਾ ਹੋਇਆ ਤਰਬਰ ਹੈ ਹਰ ਬੰਦੇ ਦੇ ਅੰਦਰ ਬੀਜ ਰੂਪ ਤੋਂ ਅਗਲੀ ਸਾਧਨਾ ਬੀਜ ਰੂਪ ਤੋਂ ਅੱਗੇ ਹੈ ਬੀਜ ਰੂਪ ਦੇ ਵਿੱਚ ਉਹ ਸਾਰਿਆਂ ਦੇ ਅੰਦਰ ਹੈ ਆਸਤਕ ਦੇ ਅੰਦਰ ਨਾਸਤਕ ਦੇ ਅੰਦਰ ਮੰਨਣ ਵਾਲੇ ਦੇ ਅੰਦਰ ਨਾ ਮੰਨਣ ਵਾਲੇ ਦੇ ਅੰਦਰ ਸਾਰਿਆਂ ਦੇ ਰੂਪ ਦੇ ਵਿੱਚ ਪਰ ਜਿੱਥੇ ਤਰਵਰ ਬਣ ਗਿਆ ਹੈ ਜਿੱਥੇ ਦਰਖਤ ਬਣ ਗਿਆ ਹੈ ਉਸ ਦਰਖਤ ਨੂੰ ਇੱਕ ਫਲ ਲੱਗਾ ਹੈ ਆਪਣੀ ਆਪਣੀ ਸਾਧਨਾ ਦੇ ਵਿੱਚ ਪ੍ਰੈਕਟੀਕਲ ਕਰਕੇ ਵੇਖ ਲਈਏ ਜਿੱਥੇ ਇਹ ਫਲ ਲੱਗਾ ਹੈ ਤਾਂ ਸਮਝ ਲਓ ਕਿ ਦਰਖਤ ਦੀ ਵੀ ਦਾਤ ਮਾਲਕ ਨੇ ਪਾਈ ਹੋਈ ਹੈ ਦਰਖਤ ਤੋਂ ਬਿਨਾ ਫਲ ਕਿਦਾਂ ਆ ਜਾਵੇਗਾ ਬੀਜ ਨੂੰ ਫਲ ਨਹੀਂ ਲੱਗਦਾ ਅਸੀਂ ਵਿਚਾਰ ਕੇ ਹਟੇ ਹਾਂ ਔਰ ਮੇਰੇ ਵਰਗੇ ਬਹੁਤੇ ਉਸੇ ਬੀਜ ਨੂੰ ਪ੍ਰੋਟੈਕਟ ਕਰਦੇ ਪਏ ਨੇ ਇਹ ਬੀਜ ਦਾ ਖੋਲ ਨਾ ਕਿਤੇ ਟੁੱਟ ਜਾਵੇ ਕੋ ਬੀਜ ਦਾ ਖੋਲ ਟੁੱਟਣ ਨਹੀਂ ਦਿੰਦੇ ਸੋਚਦੇ ਨੇ ਦਰਖਤ ਸਾਡੇ ਅੰਦਰ ਬਣ ਗਿਆ ਹੈ ਕੁਝ ਵੀ ਨਹੀਂ ਬਣਦਾ ਪਿਆ ਸਾਰੇ ਜਾਣੇ ਉਸ ਬੀਜ ਨੂੰ ਹੋਰ ਪੱਕਾ ਕਰੀ ਜਾਂਦੇ ਨੇ ਹੋਰ ਉਹਦੇ ਉੱਤੇ ਖੋਲ ਚੜਾਈ ਜਾਂਦੇ ਨੇ ਉਹ ਖੋਲ ਇੰਨਾ ਗਹਿਰਾ ਹੋ ਗਿਆ ਹੈ ਧਾਰਮਿਕ ਲੋਕਾਂ ਦਾ ਇਸੰਦਲੋਂ ਹੋਣ ਕਿਤੇ ਰੱਬ ਤੋੜ ਦੇਵੇ ਤੇ ਤੋੜ ਦੇਵੇ ਆਪਣੇ ਆਪ ਦੇ ਵਿੱਚ ਤੇ ਤੋੜਨ ਦੀ ਕੋਸ਼ਿਸ਼ ਵੀ ਨਹੀਂ ਕਰਦੇ ਕੋਈ ਦੂਜਾ ਆ ਕੇ ਤੋੜੇ ਤੇ ਉਹ ਵੀ ਬੁਰਾ ਲੱਗਣ ਲੱਗ ਪੈਂਦਾ ਇਹਨੂੰ ਖੋਲ ਨੂੰ ਤੋੜੋ ਤੇ ਸਹੀ ਇਹਦੇ ਵਿੱਚੋਂ ਦਰਖਤ ਨਿਕਲਣ ਦੀ ਸੰਭਾਵਨਾ ਤੇ ਪੈਦਾ ਹੋਵੇ ਉਹ ਤੇ ਸੰਭਾਵਨਾ ਹੀ ਬੰਦ ਕਰ ਦਿੱਤੀਆਂ ਇਹੀ ਬੀਜ ਹੈ ਮਿੱਟੀ ਦੇ ਵਿੱਚ ਪਾ ਦਈਏ ਮਿੱਟੀ ਨੂੰ ਤੋੜ ਕੇ ਬਾਹਰ ਆ ਜਾਂਦਾ ਹੈ। ਇਹੀ ਬੀਜ ਹੈ ਬੰਦਾ ਪੱਥਰ ਦੇ ਵਿੱਚ ਦੱਬ ਦੇਵੇ ਬੀਜ ਵੀ ਉੱਥੇ ਪਿਆ ਮਰ ਜਾਵੇਗਾ। ਕੁਝ ਨਹੀਂ ਨਿਕਲਣ ਦਿੰਦੇ ਬੰਦੇ। ਉਹ ਧਾਰਮਿਕਤਾ ਹੁਣ ਕੀ ਕਰਦੀ ਪਈ ਹੈ? ਪੱਥਰ ਦਾ ਲੇਪ ਕਰਦੀ ਪਈ ਹੈ ਬਸ। ਉਹ ਨਿਕਲਣ ਨਹੀਂ ਦਿੰਦੀ ਇਹਦੇ ਵਿੱਚੋਂ ਪੌਦੇ ਦੀ ਸੰਭਾਵਨਾ ਹੀ ਖਤਮ ਕਰ ਦਿੰਦੀ ਹੈ ਔਰ ਕਿੰਨਿਆਂ ਦਾ ਬੀਜ ਸਮਝ ਲਓ ਵਾਹਿਗੁਰੂ ਬਖਸ਼ ਲਵੇ ਉਹ ਇਦਾਂ ਹੀ ਪੁੰਗਰਨ ਤੋਂ ਬਿਨਾਂ ਹੀ ਉੱਥੇ ਪਿਆ ਪਿਆ ਹੀ ਸੜ ਜਾਂਦਾ ਹੈ ਤੇ ਪਿਆ ਪਿਆ ਹੀ ਖਤਮ ਹੋ ਜਾਂਦਾ ਹੈ। ਪਰ ਵਹਿਮ ਇਹੀ ਹੁੰਦਾ ਹੈ ਮੇਰੇ ਅੰਦਰ ਤੇ ਬਹੁਤ ਵੱਡਾ ਦਰਖਤ ਹੈ ਮੈਂ ਤਾਂ ਬਹੁਤ ਵੱਡੀ ਪੈਦਾਇਸ਼ ਕਰ ਲਈ ਹੈ ਅੰਦਰੋਂ ਜੇ ਦਰਖਤ ਹੀ ਨਾ ਉੱਗਿਆ ਤੇ ਫਲ ਕੀ ਉੱਗੇਗਾ ਜੀਵਨ ਦੇ ਵਿੱਚ ਉਹ ਕਹਿੰਦੇ ਨੇ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਇਸ ਅੰਦਰ ਉੱਗੇ ਹੋਏ ਦਰਖਤ ਦੇ ਉੱਤੇ ਜਿਹੜਾ ਫਲ ਲੱਗਦਾ ਹੈ ਉਹ ਬੈਰਾਗ ਦਾ ਫਲ ਲੱਗਦਾ ਹੈ ਔਰ ਹਰ ਬੰਦਾ ਵੈਰਾਗੀ ਹੋ ਸਕਦਾ ਹੈ ਜਿਦਾਂ ਹਰ ਦਰਖਤ ਫਲ ਦਿੰਦਾ ਹੈ ਲਗਭਗ ਇਦਾਂ ਹਰ ਬੰਦਾ ਵੈਰਾਗੀ ਹੋ ਸਕਦਾ ਹੈ ਚਾਹੇ ਉਹ ਸੰਨਿਆਸੀ ਹੋਵੇ ਚਾਹੇ ਘਰ ਦੇ ਵਿੱਚ ਰਹਿਣ ਵਾਲਾ ਹੋਵੇ ਗ੍ਰਸਤੀ ਹੋਵੇ ਗ੍ਰਸਤੀ ਵੀ ਸੰਨਿਆਸੀ ਹੋ ਸਕਦਾ ਹੈ ਵੈਰਾਗੀ ਦੀ ਵਿਆਖਿਆ ਵੈਰਾਗੀ ਦਾ ਮਤਲਬ ਬਾਹਰ ਦੀ ਦੁਨੀਆ ਇਸ ਤਰ੍ਹਾਂ ਕਰਦੀ ਹੈ ਕਿ ਜਿਸ ਬੰਦੇ ਨੇ ਆਪਣੇ ਆਪ ਦੀਆਂ ਜ਼ਰੂਰਤਾਂ ਨੂੰ ਬਹੁਤ ਘਟ ਕਰ ਦਿੱਤਾ ਹੈ ਵੀ ਕਪੜੇ ਵੀ ਘਟ ਵਰਤ ਦਾ ਪਿਆ ਹੈ ਖਾਣਾ ਪੀਣਾ ਵੀ ਛੱਡ ਦਿੱਤਾ ਹੈ ਰਿਸ਼ਤੇਦਾਰੀ ਵੀ ਛੱਡ ਦਿੱਤੀ ਹੈ ਜੀ ਸਾਰਾ ਕੁਝ ਛੱਡ ਕੇ ਤਿਆਗੀ ਹੋ ਗਿਆ ਤੇ ਉਸ ਬੰਦੇ ਨੂੰ ਆਖ ਦਿੱਤਾ ਜੀ ਇਹ ਤੇ ਵੈਰਾਗੀ ਸਾਧੂ ਹੋ ਗਿਆ ਹੈ ਦੂਜੇ ਨੰਬਰ ਦੇ ਉੱਤੇ ਵੈਰਾਗਵਾਨ ਉਹਨੂੰ ਆਖਿਆ ਜਾਂਦਾ ਹੈ ਜਿਹਦੀਆਂ ਅੱਖਾਂ ਦੇ ਵਿੱਚੋਂ ਉਦਾਂ ਹੀ ਪਾਣੀ ਨਿਕਲਦਾ ਰਹੇ ਤੇ ਇਹ ਬੜਾ ਰੋਂਦਾ ਰਹਿੰਦਾ ਹੈ ਸਾਰਾ ਸਾਰਾ ਦਿਨ ਵੈਰਾਗ ਕਰਦਾ ਰਹਿੰਦਾ ਹੈ ਤੇ ਇਹ ਬੰਦਾ ਬੜਾ ਤਕੜਾ ਵੈਰਾਗੀ ਹੈ ਇਹਨਾਂ ਨੂੰ ਵੀ ਵੈਰਾਗੀ ਆਖਿਆ ਹੈ ਹੁਣ ਗੁਰਮਤਿ ਦੇ ਵਿੱਚ ਜਦੋਂ ਇਹੋ ਜਿਹਾ ਬੈਰਾਗ ਦੀ ਗੱਲ ਆਈ ਤੇ ਸੱਚੇ ਪਾਤਸ਼ਾਹ ਨੇ ਆਖਿਆ ਸੀ ਮਨ ਕਿਉਂ ਬੈਰਾਗ ਕਰੇਗਾ ਸਤਿਗੁਰੂ ਮੇਰਾ ਪੂਰਾ ਤੂੰ ਕਾਦੇ ਲਈ ਇਹੋ ਜਿਹਾ ਵਿਖਾਵੇ ਵਾਲਾ ਬੈਰਾਗ ਕਰਦਾ ਪਿਆਂ ਵੀ ਤੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਚੋਵੇ ਤੂੰ ਕਾਦੇ ਲਈ ਇਹੋ ਜਿਹਾ ਬੈਰਾਗ ਕਰਦਾ ਫਿਰਦਾ ਹੈ ਕਿ ਮੈਂ ਅਭੀ ਤੈਨੂੰ ਛੱਡ ਦਿੱਤੀ ਹੈ ਤੇ ਹੁਣ ਸੰਕਲਪ ਲੈ ਲਿਆ ਹੈ ਹੁਣ ਜਿਦ ਕਰਨੀ ਪੈ ਰਹੀ ਹੈ ਤੈਨੂੰ ਇਸ ਚੀਜ਼ ਨੂੰ ਛੱਡਿਆ ਹੈ ਨਾ ਤੇ ਹੁਣ ਤੂੰ ਜਿਦ ਦੇ ਵਿੱਚ ਹੈਂ ਵੀ ਨਹੀਂ ਇਹ ਚੀਜ਼ ਨੂੰ ਮੈਂ ਹੱਥ ਵੀ ਨਹੀਂ ਲਾਉਣਾ ਉਹ ਜਿੱਦੀ ਹੋਗੇ ਆਪਣੇ ਆਪ ਦੇ ਧਰਮ ਦੇ ਵਿੱਚ ਉਜਿੱਦੀ ਹੋਣਾ ਵੀ ਵੈਰਾਗੀ ਹੋਣਾ ਹੋ ਗਿਆ ਹੁਣ ਗੁਰਮਤਿ ਦੀ ਵਿਆਖਿਆ ਜਦੋਂ ਇਹਦੇ ਬਾਰੇ ਆਈ ਤੇ ਸੱਚੇ ਪਾਤਸ਼ਾਹ ਨੇ ਆਖਿਆ ਵੈਰਾਗੀ ਹੋਣ ਦੇ ਲਈ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਚੀਜ਼ਾਂ ਛੱਡਣੀਆਂ ਪੈਣ ਕਿਆਂ ਪਰ ਇੱਕ ਕੰਮ ਜ਼ਰੂਰ ਹੈ ਆਪਣੇ ਸੁਭਾਅ ਦੇ ਵੱਲ ਧਿਆਨ ਦੇਣਾ ਪਵੇਗਾ ਜਿਵੇਂ ਮੈਂ ਬੇਨਤੀ ਕੀਤੀ ਹਰ ਬੰਦਾ ਵੈਰਾਗੀ ਹੋ ਸਕਦਾ ਹੈ ਹਰ ਬੰਦਾ ਔਰ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ ਵੈਰਾਗੀ ਹੋ ਸਕਦਾ ਹੈ ਵੈਰਾਗੀ ਬਗਤ ਕਬੀਰ ਸਾਹਿਬ ਜੀ ਦੀ ਬੋਲੀ ਦੇ ਵਿੱਚ ਇਹੀ ਹੈ ਜਿਸ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਪਕੜ ਕਟਾ ਦਿੱਤੀ ਹੈ ਔਰ ਪਕੜ ਦਾ ਮਤਲਬ ਅਸੀਂ ਸਿਰਫ ਇਹ ਨਹੀਂ ਕਵਾਂਗੇ ਕਿ ਕੁਝ ਚੀਜ਼ਾਂ ਦੀ ਪਕੜ ਹਰ ਚੀਜ਼ ਦੇ ਵਿੱਚ ਉਹਨੇ ਆਪਣੇ ਆਪ ਨੂੰ ਇੰਨਾ ਹੌਲਾ ਰੱਖਿਆ ਹੈ ਜੋ ਆਇਆ ਹੈ ਉਹਦਾ ਸਵਾਗਤ ਹੈ ਜੋ ਜਾ ਰਿਹਾ ਹੈ ਉਹਦੀ ਮਨ ਦੇ ਵਿੱਚ ਚਿੰਤਾ ਨਹੀਂ ਹੈ ਪਕੜ ਨੂੰ ਕਟਾ ਦੇਣਾ ਜਿਨੂ ਮਹਾਰਾਜ ਨੇ ਲਗਭਗ ਇਦਾਂ ਹੀ ਆਖਿਆ ਹੈ ਜਿਹੜਾ ਅਸੀਂ ਵਿਚਾਰਦੇ ਹੁੰਨੇ ਹਾਂ ਬਚਨ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਜਿਦਾ ਪਾਣੀ ਦੇ ਵਿੱਚ ਮੁਰਗਾਬੀ ਤੇ ਜਿੱਦਾਂ ਜਲ ਦੇ ਵਿੱਚ ਕਮਲ ਇਹਦੀ ਵਿਆਖਿਆ ਨੂੰ ਇੰਨਾ ਘੋਟ ਕੇ ਜੀਵਨ ਦੇ ਵਿੱਚ ਪੀ ਲਿਆ ਜਾਵੇ ਹੈ ਤੇ ਔਖੀ ਗੱਲ ਹੈ ਪਰ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ ਮਹਾਰਾਜ ਨੇ ਥਾਂ ਥਾਂ ਦੇ ਉੱਤੇ ਸਾਨੂੰ ਇਹੀ ਆਖਿਆ ਹੈ ਜੋ ਅੱਜ ਹੈ ਉਹ ਕੱਲ ਨਹੀਂ ਹੋਵੇਗਾ ਇਹਨੂੰ ਬੁੱਧ ਸਮਝਦੀ ਹੈ ਮੈਂ ਬੇਨਤੀ ਕਰਦਾ ਹੁੰਨਾ ਸਾਡੀ ਅਕਲ ਸਮਝ ਲੈਂਦੀ ਹੈ ਸਾਡਾ ਮਨ ਨਹੀਂ ਸਮਝਦਾ ਇਸ ਗੱਲ ਨੂੰ ਮਨ ਨਹੀਂ ਮੰਨਦਾ ਇਸ ਗੱਲ ਨੂੰ ਔਰ ਮਨ ਇਸੇ ਗੱਲ ਨੂੰ ਕਹਿ ਰਿਹਾ ਹੈ ਕਿ ਬੁੱਧੀ ਕਿਸੇ ਨਾ ਕਿਸੇ ਤਰੀਕੇ ਨਾਲ ਮਨ ਦੀ ਗੱਲ ਮੰਨ ਲਵੇ ਬੁੱਧੀ ਕਦੀ ਨਹੀਂ ਮਨ ਦੀ ਗੱਲ ਮੰਨਦੀ ਮਨ ਸਿਰਫ ਇਨਾ ਕ ਮੰਨ ਲੈਂਦਾ ਹੈ ਬੁੱਧੀ ਇਨਾ ਕ ਮਨ ਦੀ ਗੱਲ ਮੰਨ ਲੈਂਦੀ ਹੈ ਜਿੰਨਾ ਕੋ ਉਤੋਂ ਉਤੋਂ ਦਾ ਸੰਸਾਰ ਦੇ ਨਾਲ ਮਤਲਬ ਹੁੰਦਾ ਹੈ ਡੁੰਗਾਈ ਦੇ ਵਿੱਚ ਬੁੱਧੀ ਕਦੀ ਨਹੀਂ ਸਮਝਦੀ ਹਾਂ ਇਨਾ ਕ ਜ਼ਰੂਰ ਹੈ ਕਿ ਉਹਦੀ ਵਰਤੋਂ ਕਰਨੀ ਬੰਦ ਕਰ ਸਕਦੇ ਆ ਆਪਾਂ ਮਨ ਨੀਵਾਂ ਮਤ ਉੱਚੀ ਉਹ ਇਸੇ ਕਰਕੇ ਹੈ ਕਿਉਂਕਿ ਮਤ ਹੈ ਉੱਚੀ ਹੈ ਪਰ ਉਹਨੂੰ ਵਰਤਣਾ ਹੀ ਬੰਦ ਕਰ ਦਿੱਤਾ ਨੀਵੀਆਂ ਚੀਜ਼ਾਂ ਵਰਤੀਆਂ ਜਾ ਰਹੀਆਂ ਨੇ ਮਨ ਉਸ ਚੀਜ਼ ਨੂੰ ਬਹੁਤ ਵਧੀਆ ਮੰਨ ਲੈਂਦਾ ਹੈ ਉਹਨਾਂ ਕ ਬੁੱਧੀ ਨੂੰ ਗ੍ਰੈਬ ਕਰ ਲੈਂਦਾ ਹੈ ਮਨ ਪਰ ਪੂਰੀ ਤਰ੍ਹਾਂ ਨਹੀਂ ਕਦੀ ਕਰ ਪਾਉਂਦਾ ਸਮਝਦਾ ਇੱਕ ਡੂੰਘਾ ਲੈਵਲ ਹਮੇਸ਼ਾ ਬੰਦੇ ਦੇ ਅੰਦਰ ਜਿਉਂਦਾ ਹੀ ਰਹਿੰਦਾ ਹੈ ਬੰਦਾ ਜਾਣ ਬੁੱਝ ਕੇ ਗਲਤੀ ਕਰ ਸਕਦਾ ਹੈ ਜਾਣ ਬੁੱਝ ਕੇ ਹੇਰਾਫੇਰੀ ਕਰ ਲਵੇ ਪਰ ਉਹਦੀ ਬੁੱਧ ਦੇ ਵਿੱਚ ਉਹ ਕਦੀ ਇਹ ਗੱਲ ਨਹੀਂ ਵਿਸਰਦੀ ਕਿ ਇਹ ਗਲਤ ਹੈ ਤੇ ਇਹ ਧੋਖੇਵਲੀ ਚੀਜ਼ ਹੈ ਸੁਰਤ ਦੇ ਵਿੱਚੋਂ ਕਦੀ ਨਹੀਂ ਭੁੱਲਦਾ ਗੁਰਮਤ ਨੇ ਆਖਿਆ ਹੈ ਬੈਰਾਗੀ ਹੋਣ ਦਾ ਮਤਲਬ ਸਿਰਫ ਇੰਨਾ ਕਹ ਹੈ ਜਦੋਂ ਤੁਸੀਂ ਹਰ ਚੀਜ਼ ਦੀ ਪਕੜ ਦੇ ਵਿੱਚੋਂ ਇਦਾਂ ਛੱਡ ਦਿਓ ਬਸ ਜੋ ਹੱਥ ਦੇ ਵਿੱਚ ਆਈ ਹੋਈ ਚੀਜ਼ ਹੱਥ ਦੇ ਵਿੱਚੋਂ ਚਲੀ ਜਾਂਦੀ ਹੈ ਉਹ ਦਿਮਾਗ ਦੇ ਵਿੱਚੋਂ ਵੀ ਚਲੀ ਜਾਵੇ ਸੇਵਾ ਪੰਥੀਆਂ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਉਹ ਕਹਿੰਦੇ ਨੇ ਭਾਈ ਕਨਈਆ ਜੀ ਨੂੰ ਕਿਸੇ ਬੰਦੇ ਨੇ ਆ ਕੇ ਨਾ ਇੱਕ ਰਤਨ ਦਿੱਤਾ ਬੜਾ ਕੀਮਤੀ ਸੀ ਉਹ ਉਸ ਵੇਲੇ ਬੈਠੇ ਹੋਏ ਸਨ ਨਦੀ ਦੇ ਕਿਨਾਰੇ ਦੇ ਉੱਤੇ ਉਹਨਾਂ ਦੇ ਹੱਥ ਦੇ ਵਿੱਚ ਰਤਨ ਸੀ ਉਹਨਾਂ ਨੂੰ ਰਤਨ ਕਿਸੇ ਨੇ ਭੇਟ ਕੀਤਾ ਉਹਨਾਂ ਨੇ ਚੁੱਕਿਆ ਤੇ ਨਦੀ ਦੇ ਵਿੱਚ ਪਾ ਦਿੱਤਾ ਸਿਰਫ ਘਟਨਾ ਨੂੰ ਸਮਝਣ ਦੀ ਖਾਤਰ ਹੈ ਉਹ ਨਦੀ ਦੇ ਵਿੱਚ ਪਾ ਦਿੱਤਾ ਜਿਨੇ ਉਹ ਰਤਨ ਦਿੱਤਾ ਸੀ ਉਹਨੂੰ ਗੁੱਸਾ ਲੱਗ ਗਿਆ ਜੀ ਮੈਂ ਤੁਹਾਨੂੰ ਚੀਜ਼ ਦਿੱਤੀ ਤੁਸੀਂ ਇਹਦੀ ਕਦਰ ਨਹੀਂ ਜਾਣੀ ਤੁਸੀਂ ਤੇ ਸੁੱਟ ਦਿੱਤਾ ਹੈ ਇਸ ਨੂੰ ਤੋਂ ਭਾਈ ਕਨਈਆ ਜੀ ਕਹਿੰਦੇ ਨੇ ਕਿ ਜਦੋਂ ਤੁਸੀਂ দান ਆਪਣੇ ਹੱਥੋਂ ਕਰ ਹੀ ਦਿੱਤਾ ਹੈ ਫਿਰ ਤੁਹਾਡੀ ਸੁਰਤ ਦੇ ਵਿੱਚ ਕਿਉਂ ਜਮਾ ਹੋ ਗਿਆ ਹੈ ਫਿਰ ਤੁਹਾਡੇ ਜਿਹਨ ਦੇ ਵਿੱਚ ਉਹ দান ਕਿਉਂ ਦੌੜਦਾ ਫਿਰਦਾ ਹੈ ਤੁਸੀਂ দান ਹੱਥੋਂ ਤੇ ਕਰ ਦਿੱਤਾ ਹੈ ਪਰ ਦਿਮਾਗੋਂ ਤੇ দান ਨਹੀਂ ਹੋਇਆ ਜਿਹੜੇ ਦਿਮਾਗ ਨੇ দান ਨਹੀਂ ਕੀਤਾ ਦਿਮਾਗ ਨੇ ਉਹ দান ਯਾਦ ਰੱਖ ਲਿਆ ਹੈ ਸਾਡੀ ਸਮਝ ਦੇ ਵਿੱਚ ਬਸ ਇਹੀ ਚੀਜ਼ ਹੈ ਜਿਹੜੀ ਭਾਈ ਕਨਈਆ ਜੀ ਨੇ ਆਖੀ ਸੀ ਕਿ ਬੰਦਾ ਹੱਥੀਂ দান ਕਰ ਹੀ ਜਾਂਦਾ ਹੈ ਦਿਮਾਗ ਦੇ ਵਿੱਚ ਯਾਦ ਰੱਖੀ ਜਾਂਦਾ ਹੈ ਔਰ ਉਹਨੂੰ ਲੱਗਦਾ ਹੈ ਮੈਂ দান ਕੀਤੇ ਨੇ দান ਕਿਹੜੀ ਚੀਜ਼ ਕਰ ਦਿੱਤੀ ਬਾਹਰ ਦੀ ਚੀਜ਼ ਬਾਹਰ ਹੀ ਕਿਸੇ ਨੂੰ ਫੜਾ ਦਿੱਤੀ ਹੈ ਜਿਹਨੇ ਤੇ ਵਖਰਾ ਯਾਦ ਹੀ ਰੱਖ ਲਿਆ ਹੈ ਨਾ ਇੱਕ ਸਗੋਂ দান ਕੀਤਾ ਕਾਹਦਾ ਹੈ ਨਵੀਂ ਚੀਜ਼ ਆਪਣੇ ਅੰਦਰ ਯਾਦ ਕਰਕੇ ਬੈਠ ਗਏ ਇਹਨੂੰ ਕਿਹਾ ਜਾਂਦਾ ਸੀ ਵੀ ਇਹ ਬੈਰਾਗੀ ਹੋ ਗਿਆ ਹੈ ਬੰਦਾ ਬੈਰਾਗੀ ਕਾਹਦਾ ਹੈ ਬੰਦੇ ਨੇ ਤੇ ਹੋਰ ਪਕੜ ਬਣਾ ਲਈ ਜਿਹੜੀਆਂ ਚੀਜ਼ਾਂ ਕਿਤੇੋਂ ਆਈਆਂ ਕਿਤੇ ਚਲੀਆਂ ਗਈਆਂ ਉਹਨਾਂ ਦਾ ਸਿਰਫ ਚੇਤਾ ਬੰਦੇ ਨੇ ਦਿਮਾਗ ਦੇ ਵਿੱਚ ਰੱਖਿਆ ਹੋਇਆ ਹੈ ਜੀਵਨ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ ਅਜੇ ਅਜੇ ਤਾਂ ਚੀਜ਼ਾਂ ਦੀ ਗੱਲ ਨੂੰ ਤੁਰ ਲਈਏ ਜਿਹੜੀਆਂ ਚੀਜ਼ਾਂ ਦਾ ਬੰਦਾ ਆਪਣੀ ਪਕੜ ਬਣਾ ਕੇ ਬੈਠਾ ਹੋਇਆ ਹੈ ਹਜ਼ੂਰ ਕਹਿੰਦੇ ਨੇ ਬੈਰਾਗੀ ਕੀ ਹੈ ਭਗਤ ਕਬੀਰ ਸਾਹਿਬ ਕਹਿੰਦੇ ਹੁੰਦੇ ਨੇ ਜੋ ਗ੍ਰਹਿ ਕਰਹਿ ਤਾ ਧਰਮ ਕਰ ਨਾਹੇ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੇ ਤਾਕੋ ਬਡੋ ਅਪਹਾਗ ਬੈਰਾਗੀ ਉਹ ਹੈ ਜਿਹਨੂੰ ਸਮਝ ਲਓ ਕਿਸੇ ਵੀ ਪ੍ਰਕਾਰ ਦਾ ਬੰਧਨ ਨਹੀਂ ਹੈ ਜੇ ਛੱਡ ਦਿੱਤਾ ਤੇ ਬਸ ਇਦਾਂ ਛੁੱਟਿਆ ਕਿ ਪਿਛਲੇ ਦਾ ਚੇਤਾ ਵੀ ਨਹੀਂ ਜਦੋਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੋਦੀ ਖਾਨਾ ਛੱਡਿਆ ਬਸ ਫਿਰ ਛੁੱਟ ਗਿਆ ਤੇ ਫਿਰ ਇਦਾਂ ਛੁੱਟਿਆ ਕਿ ਦੁਬਾਰਾ ਚੇਤੇ ਦੇ ਵਿੱਚ ਵੀ ਨਹੀਂ ਹੈ ਜੇ ਤਲਵੰਡੀ ਛੁੱਟੀ ਹੈ ਤੇ ਫਿਰ ਇਦਾਂ ਛੁੱਟੀ ਹੈ ਕਿ ਚੇਤੇ ਦੇ ਵਿੱਚ ਵੀ ਨਹੀਂ ਹੈ ਜੇ ਕਰਤਾਰਪੁਰ ਛੁੱਟਿਆ ਹੈ ਤੇ ਫਿਰ ਇਦਾਂ ਛੁੱਟਿਆ ਹੈ ਕਿ ਚੇਤੇ ਦੇ ਵਿੱਚ ਵੀ ਨਹੀਂ ਹੈ ਇਦਾਂ ਨਹੀਂ ਹੈ ਕਿ ਸਾਰਾ ਕੁਝ ਚੇਤੇ ਦੇ ਵਿੱਚ ਔਰ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਚੇਤੇ ਆਉਣ ਦਾ ਮਤਲਬ ਇਹ ਨਹੀਂ ਕਿ ਕਦੀ ਦਿਮਾਗ ਦੇ ਵਿੱਚ ਵੀ ਨਹੀਂ ਆਉਂਦਾ ਪਰ ਉਹਦੀ ਪਕੜ ਨਹੀਂ ਹੈ ਕਦੀ ਦਿਮਾਗ ਦੇ ਵਿੱਚ ਜੋ ਹੋ ਗਿਆ ਉਹ ਪਿਛੇ ਹੈ ਸੱਜ ਦੇ ਵਿੱਚ ਹੋ ਗਿਆ ਹੈ ਜੀਵਨ ਦੇ ਵਿੱਚ ਮਰਦ ਆਖਦੇ ਨੇ ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ RAM ਜਿਨ੍ਹਾਂ ਦਾ ਮਨ ਵਸ ਦੇ ਵਿੱਚ ਆ ਗਿਆ ਬੈਰਾਗੀ ਉਹ ਹੋ ਗਿਆ ਹੈ ਸੋ ਸਾਧੂ ਬੈਰਾਗੀ ਸੋਈ ਵਿੱਚੋਂ ਆਪ ਗਵਾਏ ਅੰਤਰ ਲਾਗਨਾ ਤਾਮਸ ਮੂਲੇ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਤੇ ਆਏ ਅੰਤਰ ਲਾਗਨਾ ਤਾਮਸ ਮੂਲੇ ਵਿੱਚੋਂ ਆਪ ਗਵਾਏ ਜਿਸ ਨੇ ਆਪਣੀਆਂ ਸਮਦੇ ਲੋ ਅੰਦਰ ਦੀਆਂ ਬੁਰੀਆਂ ਆਦਤਾਂ ਦੇ ਉੱਤੇ ਕੰਟਰੋਲ ਕਰ ਲਿਆ ਹੈ ਮਨ ਨੂੰ ਵਸਦੇ ਵਿੱਚ ਕਰ ਲਿਆ ਹੈ ਉਹ ਕਰਦੇ ਵਿੱਚ ਰਹਿੰਦਾ ਹੋਇਆ ਵੀ ਬੈਰਾਗੀ ਹੈ ਪਰ ਇਹ ਬੈਰਾਗ ਦਾ ਫਲ ਜੀਵਨ ਦੇ ਵਿੱਚ ਆਇਆ ਮਤਲਬ ਜਿਹੜਾ ਅੰਦਰ ਤ੍ਰਖਤ ਪੈਦਾ ਹੋਇਆ ਸੀ ਉਹਨੂੰ ਬੈਰਾਗ ਦਾ ਫਲ ਲੱਗਾ ਸੁਭਾਅ ਦੇ ਵਿੱਚ ਬੈਰਾਗ ਆਇਆ ਇਹ ਬੈਰਾਗ ਇਦਾਂ ਦਾ ਨਹੀਂ ਸੀ ਵੀ ਮੈਂ ਚੀਜ਼ਾਂ ਵਰਤਣੀਆਂ ਨਹੀਂ ਆਮ ਬੰਦੇ ਦੀ ਹਾਲਤ ਕੀ ਹੈ ਉਹ ਐਕਸਟ੍ਰੀਮ ਹੀ ਚੱਲਦਾ ਹੋਵੇਗਾ ਤੁਸੀਂ ਮੈਂ ਬੇਨਤੀ ਕਰਦਾ ਹੁਣਾ ਜੇ ਜਾਂ ਤੇ ਉਹਨੇ ਚੁੱਪੀ ਨਹੀਂ ਕਰਨਾ ਤੇ ਜਾਂ ਉਹਨੇ ਫਿਰ ਇਦਾਂ ਚੁੱਪ ਕਰ ਜਣਾ ਵੀ じゃ ਉਹ ਹੁਣ ਮੈਂ ਬੋਲਦਾ ਹੀ ਨਹੀਂ ਉਹ ਦੋਵੇਂ ਕੰਮ ਚੱਲੇ ਜਾਂਦੇ ਨੇ ਮਤਲਬ ਪਹਿਲਾਂ ਇੰਨਾ ਬੋਲਣਾ ਕਿ ਸਿਰ ਖਾ ਲੈਣਾ ਹੈ ਬਾਅਦ ਇੰਨਾ ਚੁੱਪ ਹੋ ਜਾਣਾ ਹੈ ਕਿ ਬਾਦ ਦੇ ਵਿੱਚ ਕਿਸੇ ਦੀ ਪ੍ਰਵਾਹ ਵੀ ਨਾ ਕਰਨੀ ਉਹ ਦੋਵੇਂ ਕੰਮਾਂ ਦੇ ਵਿੱਚੋਂ ਕੰਮ ਖਰਾਬ ਹੈ ਨਾ ਉਹਨੂੰ ਤਿਆਗਿਆ ਜਾ ਸਕਦਾ ਹੈ ਨਾ ਉਹਨੂੰ ਪਕੜ ਕੇ ਆ ਜਾ ਸਕਦਾ ਹੈ ਮਹਾਰਜ ਕਹਿੰਦੇ ਨੇ ਜਿੰਨੇ ਆਪਣੀਆਂ ਆਦਤਾਂ ਨੂੰ ਇੰਨਾ ਕੁ ਵੱਸ ਦੇ ਵਿੱਚ ਤੇ ਘਟੋ-ਘਟ ਲੈ ਆਂਦਾ ਹੈ ਕਿ ਅੰਤਰ ਲਾਗਨਾ ਤਮਸ ਮੂਲੇ ਅੰਦਰੋਂ ਬਿਲਕੁਲ ਹਨੇਰਾ ਸਮਾਪਤ ਹੋ ਚੁੱਕਾ ਹੈ ਜੀ ਦੇ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਵਿੱਚੋਂ ਆਪ ਗਵਾਏ ਉਹ ਬੰਦਾ ਬੈਰਾਗ ਵਾਲੇ ਪਾਸੇ ਹੋ ਗਿਆ ਉਹ ਇਦਾਂ ਦਾ ਬੈਰਾਗੀ ਹੈ ਗੁਰਮਤ ਦੇ ਬੈਰਾਗੀ ਕਰਮਾਂ ਦੇ ਬੈਰਾਗੀ ਨਹੀਂ ਨੇ ਸੁਭਾ ਦੇ ਬੈਰਾਗੀ ਨੇ ਕਿ ਸੁਭਾ ਦੇ ਉੱਤੇ ਕਿੰਨਾ ਚੀਜ਼ਾਂ ਦੀ ਪਕੜ ਹੈ ਤੇ ਕਿੰਨਾ ਚੀਜ਼ਾਂ ਦੀ ਪਕੜ ਨਹੀਂ ਹੈ ਜਿੰਨੀ ਪਕੜ ਘਟ ਉਹਨਾਂ ਸੁਭਾ ਜਿਹੜਾ ਹੈ ਸਮਝ ਲਓ ਬੈਰਾਗੀ ਹੈ ਔਰ ਗ੍ਰੈਸਤੀ ਦਾ ਵੀ ਬੈਰਾਗੀ ਹੋਣਾ ਹੋ ਸਕਦਾ ਹੈ ਹਜ਼ੂਰ ਕਹਿੰਦੇ ਨੇ ਦੇ ਅੰਦਰ ਪੈਦਾ ਹੋਇਆ ਰੱਬ ਦੇ ਨਾਮ ਦਾ ਦਰਖਤ ਇਸ ਦਰਖਤ ਤੋਂ ਅਗਲੀ ਸੰਭਾਵਨਾ ਹੈ ਜਿਹੜਾ ਫਲ ਪੈਦਾ ਹੁੰਦਾ ਹੈ ਉਹ ਫਲ ਪੈਦਾ ਹੁੰਦਾ ਹੈ ਵਿਰਾਗ ਦਾ ਚੀਜ਼ਾਂ ਦੀ ਪਕੜ ਘੱਟ ਕਰਨ ਦਾ ਔਰ ਸੁਭਾਅ ਦੇ ਵਿੱਚ ਆਪਣੇ ਆਪ ਆਉਂਦਾ ਹੈ ਕੋਈ ਕਿਸੇ ਦੇ ਆਖਿਆ ਇਹ ਨਹੀਂ ਆ ਸਕਦਾ ਭਾਈ ਪਕੜ ਘੱਟ ਕਰੋ ਤੇ ਕਿਸੇ ਦੀ ਪਕੜ ਘੱਟ ਹੋ ਜਾਵੇ ਕਿਸੇ ਦੇ ਆਖਿਆ ਕਿਸੇ ਦੀ ਪਕੜ ਘੱਟ ਹੁੰਦੀ ਹੈ ਕਿ ਕਿਸੇ ਦੇ ਆਖਿਆ ਮੈਂ ਕਹਦਾ ਮੈਂ ਨਾਟਕ ਨਾ ਵੇਖਿਆ ਕਰੋ ਕੋਈ ਨਹੀਂ ਛੱਡ ਸਕਦਾ ਮੈਂ ਆਖਿਆ ਜੀ ਆ ਚੀਜ਼ ਨਾ ਕਰਿਆ ਕਰੋ ਕਿਸੇ ਦੇ ਅੱਖਾਂ ਨਹੀਂ ਜੇ ਛੁੱਟਦੀ ਔਰ ਅਕਸਰ ਬੇਨਤੀ ਕਰਦਾ ਹੁੰਨਾ ਹਾਂ ਜਦੋਂ ਤੱਕ ਸਾਡੇ ਅੰਦਰੋਂ ਪ੍ਰੇਰਣਾ ਨਹੀਂ ਉੱਠਦੀ ਕਿਸੇ ਚੀਜ਼ ਦੀ ਦੁਨੀਆ ਸਾਡੇ ਨਾਲ ਸਿਰਖ ਪਾਈ ਕਰਕੇ ਹਟ ਦੇਵੇ ਅਸੀਂ ਨਹੀਂ ਬਦਲਦੇ ਔਰ ਕਦੀ ਵੀ ਨਹੀਂ ਬਦਲਦੇ ਇਦਾਂ ਹੀ ਵੈਰਾਗ ਦਾ ਫਲ ਹੈ ਅੰਦਰੋਂ ਨਹੀਂ ਪੈਦਾ ਹੋਵੇਗਾ ਬਾਹਰਲੀ ਦੁਨੀਆ ਜਿੰਨਾ ਮਰਜ਼ੀ ਸਾਡੇ ਨਾਲ ਮੱਥਾ ਮਾਰੀ ਜਾਵੇ ਤੇ ਸਿਰਫ ਸ਼ੋਰ ਤੋਂ ਤੇ ਰੌਲੇ ਤੋਂ ਵੱਧ ਕੁਝ ਵੀ ਨਹੀਂ ਹੈ ਜਿੰਨੀਆਂ ਵੀ ਆਦਤਾਂ ਅਸੀਂ ਬਦਲੀਆਂ ਹੋਣਗੀਆਂ ਲੋਕਾਂ ਨੇ ਸਾਨੂੰ ਆਖਿਆ ਹੋਵੇਗਾ ਪਰ ਆਦਤ ਅਸੀਂ ਸਿਰਫ ਉਹੀ ਬਦਲੀ ਹੋਵੇਗੀ ਜਿੱਦਣ ਸਾਡੇ ਅੰਦਰ ਨੇ ਕਹਿ ਦਿੱਤਾ ਹੋਵੇਗਾ ਛੱਡ ਪਰਾਂ ਕਿਹੜੇ ਪਾਸੇ ਲੱਗ ਗਿਆ ਜਿੱਦਣ ਅੰਦਰ ਆਪਣੇ ਆਪ ਨੂੰ ਪ੍ਰੇਰਦਾ ਹੈ ਫਲ ਰੂਪੀ ਬੈਰਾਗ ਫਲ ਅੰਦਰ ਪੈਦਾ ਹੋਣਾ ਹੈ ਤੇ ਅੰਦਰ ਵੀ ਬੈਰਾਗ ਦਾ ਫਲ ਪੈਦਾ ਹੋਣਾ ਹੈ ਆਪਣੇ ਆਪ ਆਦਤ ਉਸ ਪਾਸੇ ਤੋਂ ਬਦਲ ਗਈ ਤੇ ਉਹਨੂੰ ਫਿਰ ਭਗਤ ਕਬੀਰ ਸਾਹਿਬ ਅਗਲੀ ਗੱਲ ਦੇ ਵਿੱਚ ਕਹਿੰਦੇ ਨੇ ਇਸ ਫਲ ਨੂੰ ਖਾਣ ਵਾਲਾ ਕੌਣ ਹੈ ਇਸ ਫਲ ਨੂੰ ਖਾਂਦਾ ਹੈ ਕੇਵਲ ਤੇ ਕੇਵਲ ਸਾਧੂ ਜਿਵੇਂ ਹਰ ਬੰਦੇ ਦੇ ਅੰਦਰ ਬੈਰਾਗੀ ਹੋਣ ਦੀ ਸੰਭਾਵਨਾ ਹੈ ਇਦਾਂ ਹਰ ਬੰਦੇ ਦੇ ਅੰਦਰ ਸਾਧੂ ਹੋਣ ਦੀ ਸੰਭਾਵਨਾ ਹੈ ਤੇ ਸਾਧੂ ਜਿਹਦਾ ਬੈਰਾਗੀ ਉਹ ਨਹੀਂ ਨੇ ਜਿਨ੍ਹਾਂ ਨੇ ਘਰ-ਬਾਰ ਛੱਡੇ ਨੇ ਇਦਾਂ ਗੁਰਮਤਿ ਦੇ ਸਾਧੂ ਵੀ ਜਿਹੜੇ ਨੇ ਉਹ ਉਹ ਨਹੀਂ ਨੇ ਜਿਨ੍ਹਾਂ ਨੇ ਘਰ-ਬਾਰ ਛੱਡੇ ਨੇ ਹਰ ਸਿੱਖ ਦੇ ਅੰਦਰ ਸਾਧੂ ਹੋਣ ਦੀ ਸੰਭਾਵਨਾ ਹੈ ਔਰ ਜਿੱਦਾਂ ਅਸੀਂ ਇੱਕ ਲਫ਼ਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਪੜ੍ਹ ਦਿੰਨੇ ਆ ਜੀ ਮਹਾਰਾਜ ਨੇ ਪਹਿਲਾਂ ਸਾਨੂੰ ਸੰਤ ਬਣਾਇਆ ਤੇ ਫਿਰ ਸਿਪਾਹੀ ਬਣਾਇਆ ਉਹ ਜਿਹੜਾ ਸੰਤ ਪੁਣਾ ਹੈ ਉਹ ਹਰ ਬੰਦੇ ਦੇ ਅੰਦਰ ਹੈ ਹਰ ਬੰਦਾ ਸੁਭਾਅ ਦੇ ਵਿੱਚ ਪਹਿਲਾਂ ਸੰਤ ਹੀ ਹੈ ਹਰ ਬੰਦਾ ਸੁਭਾਅ ਦੇ ਵਿੱਚ ਪਹਿਲਾਂ ਸਾਧੂ ਹੀ ਹੈ ਪਰ ਜਿੱਦਾਂ ਦਰਖਤ ਦੀ ਸ਼ਾਨ ਹੁੰਦੀ ਹੈ ਨਾ ਸਾਧੂ ਦਾ ਸੁਭਾਅ ਉਦਾਂ ਦਾ ਹੋ ਜਾਂਦਾ ਹੈ ਜਿੰਨਾ ਵਿਸਥਾਰ ਦੇ ਵਿੱਚ ਤਰਖਤ ਹੋਵੇਗਾ ਓਨੀ ਉਹਦੀ ਸ਼ਾਨ ਜਿਹੜੀ ਹੈ ਉਹ ਵਿਸਥਾਰ ਦੇ ਵਿੱਚ ਹੋਵੇਗੀ ਸਮਝ ਲਓ ਜਿੰਨਾ ਜਿੰਨਾ ਦਰਖਤ ਰੱਬ ਦੇ ਨਾਮ ਦਾ ਅੰਦਰ ਵੱਡਾ ਹੋਈ ਗਿਆ ਸਾਧੂ ਦਾ ਅੰਦਰਲਾ ਸੁਭਾ ਸਾਧੂ ਦਾ ਆਪਣਾ ਆਪਾ ਵੀ ਇੰਨਾ ਵੱਡਾ ਹੁੰਦਾ ਗਿਆ। ਉਹਦੇ ਵਿੱਚ ਕੋਈ ਬਾਤ ਵਿਵਾਦ ਦੀ ਨਾ ਉੱਠਿਆ। ਉਹਦੇ ਵਿੱਚ ਕੋਈ ਝਗੜਾ ਝਮੇਲਾ ਹੀ ਨਾ ਉੱਠਿਆ। ਬਚਨ ਕੀ ਨੇ ਹਜ਼ੂਰ ਕਹਿੰਦੇ ਨੇ ਸ਼ਾਇਆ ਰੂਪੀ ਸਾਧ ਹੈ। ਸਾਧੂ ਤੇ ਛਾਂ ਵਰਗਾ ਹੈ। ਜਿੱਦਾਂ ਦਰਖਤ ਕਿਸੇ ਨਾਲ ਬਿਤਕਰਾ ਨਹੀਂ ਕਰਦਾ। ਜਿੱਦਾਂ ਦਰਖਤ ਕਿਸੇ ਦੇ ਨਾਲ ਇਹ ਨਹੀਂ ਕਹਿੰਦਾ ਭਾਵੇਂ ਘਰੋਂ ਲੜਕੇ ਆਇਆ ਹੋਵੇ ਤੇ ਉਹਨੂੰ ਕਹਿ ਦੇਵੇ ਵੀ ਤੂੰ ਮੇਰੇ ਥੱਲੇ ਆ ਕੇ ਤੇ ਮੈਨੂੰ ਮੈਂ ਤੈਨੂੰ ਛਾਂ ਨਹੀਂ ਕਰਦੀ। ਜਿੱਦਾਂ ਉਹਨੇ ਬਾਤ ਵਿਵਾਦ ਛੱਡ ਦਿੱਤਾ ਹੈ ਨਾ ਜਿਸ ਦੇ ਅੰਦਰ ਬੈਰਾਗ ਦਾ ਫਲ ਪੈਦਾ ਹੋ ਗਿਆ ਹੈ ਹਜ਼ੂਰ ਕਹਿ ਰਹੇ ਨੇ ਸਮਝ ਲਓ ਜਿਸ ਸਾਧੂ ਦੇ ਅੰਦਰ ਰੱਬ ਦੇ ਨਾਮ ਦਾ ਦਰਖਤ ਪੈਦਾ ਹੋ ਗਿਆ ਹੈ ਇਹਦੇ ਬਾਰੇ ਕੱਲ ਇੱਕ ਵੱਖਰਾ ਸ਼ਲੋਕ ਵੀ ਆਵੇਗਾ ਜਿਹਦੇ ਅੰਦਰ ਇਹ ਦਰਖਤ ਪੈਦਾ ਹੋ ਗਿਆ ਹੈ ਪਹਿਲਾ ਉਹਨੂੰ ਫਲ ਜਿਹੜਾ ਲੱਗਾ ਹੈ ਉਹ ਬੈਰਾਗ ਦਾ ਲੱਗਾ ਹੈ ਤੇ ਬੈਰਾਗ ਦਾ ਮਤਲਬ ਹੈ ਉਹਦੀ ਪਕੜ ਘਟ ਹੋਈ ਹੈ ਤੇ ਫਿਰ ਉਹਦੀ ਸ਼ਾਂ ਦਾ ਖੁਦ ਆਨੰਦਮਾਨ ਦਾ ਪਿਆ ਹੈ ਔਰ ਇਦਾਂ ਦਾ ਸੁਭਾਅ ਹੋ ਗਿਆ ਹੈ ਜਿੱਥੇ ਵਾਦ ਵਿਵਾਦ ਹੈ ਹੀ ਨਹੀਂ ਉਸ ਜ਼ਿੰਦਗੀ ਨੂੰ ਸੋਚ ਕੇ ਇੱਕ ਵਾਰ ਵੇਖੀਏ ਅਜੇ ਤੇ ਸੋਚ ਹੀ ਸਕਦੇ ਹਾਂ ਅਨੁਭਵ ਦੇ ਵਿੱਚ ਆ ਜਾਵੇ ਤੇ ਵਾਪ ਪਲੀ ਗੱਲ ਹੈ ਉਹ ਕਿਦਾਂ ਦੀ ਜ਼ਿੰਦਗੀ ਹੋਵੇਗੀ ਜਿੱਥੇ ਇੱਕ ਵੀ ਪ੍ਰਕਾਰ ਦਾ ਝਗੜਾ ਤੇਵਾਦ ਵਿਵਾਦ ਨਹੀਂ ਹੋਵੇਗਾ ਨਿਤ ਸਾਨੂੰ ਲੱਗਦਾ ਹੈ ਜ਼ਿੰਦਗੀ ਤੇ ਚਲਦੀ ਆਪੋਜ਼ਿਟ ਵਿਚਾਰਾਂ ਦੇ ਉੱਤੇ ਹੈ ਵੀ ਮੈਂ ਕਹਾਂ ਅਗਲਾ ਜਵਾਬ ਦੇਵੇ ਅਗਲਾ ਜਵਾਬ ਦੇਵੇ ਤੇ ਮੈਂ ਕੁਝ ਕਹਾਂ ਤੇ ਇਦਾਂ ਫਿਰ ਲਗਾਤਾਰ ਬਹਿਸ ਚਲਦੀ ਰਹੇ ਤੇ ਇਹਨੂੰ ਆਪਾਂ ਜ਼ਿੰਦਗੀ ਮੰਨਦੇ ਹਾਂ ਅ ਜਿੰਨਾ ਇਹਦੇ ਥਾਂ ਦੇ ਉੱਤੇ ਰੋਜ਼ਗਾਰ ਵਧੀਆ ਚੱਲ ਸਕਦਾ ਹੈ ਜਿੱਦਾਂ ਵੇਖ ਲਓ ਦੋ ਟੱਬਰਾਂ ਦੀ ਲੜਾਈ ਹੋਵੇ ਤੇ ਜਦੋਂ ਵਿੱਚ মিডিਆ ਆ ਕੇ ਪੈ ਜਾਂਦਾ ਫਿਰ ਉਹ ਥੋੜਾ ਲੜਾਈ ਖਤਮ ਹੋਣ ਦਿੰਦਾ ਜਿਹੜੇ ਵਿੱਚ ਬੰਦੇ ਆ ਕੇ ਪੈ ਜਾਂਦੇ ਨੇ ਉਹ ਵਾਦ-ਵਿਵਾਦ ਕਦੀ ਨਹੀਂ ਖਤਮ ਹੋਣ ਦਿੰਦੇ ਕਿਉਂਕਿ ਵਾਦ-ਵਿਵਾਦ ਦੇ ਨਾਲ ਸੰਸਾਰ ਅੱਗੇ ਤੁਰਦਾ ਹੈ ਵਾਦ-ਵਿਵਾਦ ਖਤਮ ਕਰ ਦੋ ਦੁਨੀਆ ਦੇ ਮਸਲੇ ਮੁੱਕ ਜਾਂਦੇ ਨੇ ਕਿਸੇ ਗੱਲ ਦੀ ਆਪਸੀ ਲੜਾਈ ਹੋ ਗਈ ਚਾਰ ਬੰਦਿਆਂ ਨੂੰ ਪਤਾ ਲੱਗ ਗਈ ਫਿਰ ਉਹਨਾਂ ਨੇ ਹੋਰ ਵੱਡਾ ਕਰਨਾ ਹੈ ਕਾਦੇ ਲਈ ਕਿਉਂਕਿ ਵਾਦ-ਵਿਵਾਦ ਦਾ ਇੱਕ ਤਸਕਾ ਹੈ ਵਾਦ-ਵਿਵਾਦ ਦੀ ਇੱਕ ਖਿੱਚ ਹੈ ਬੰਦੇ ਦੇ ਅੰਦਰ ਤਜੇ ਬੰਦਾ ਆਪਣੇ ਅੰਦਰੋਂ ਹੀ ਪੈਦਾ ਹੋਣ ਤੇ ਉਸ ਵਿਵਾਦ ਵਿਵਾਦ ਨੂੰ ਰੋਕ ਦਿੱਤਾ ਦੁਨੀਆਂ ਦੇ ਕੋਲ ਗੱਲ ਹੀ ਨਾ ਬਚੀ ਅੱਗੇ ਕਰਨ ਦੇ ਲਈ ਵਾਦ ਵਿਵਾਦ ਨਾ ਹੋਣ ਝਗੜੇ ਨਾ ਹੋਣ ਦੁਨੀਆਂ ਦੇ ਕੋਲ ਗੱਲ ਕਿਹੜੀ ਹੋਵੇ ਕਰਨ ਦੇ ਲਈ ਇਹਨਾਂ ਤੋਂ ਬਿਨਾ ਕੀ ਵੀ ਸ਼ਹਿ ਦੁਨੀਆਂ ਦੇ ਕੋਲ ਗੱਲ ਕਰਨ ਵਾਲਾ ਪਰ ਸਾਧੂ ਦੇ ਕੋਲ ਇਹ ਕੁਝ ਵੀ ਨਹੀਂ ਹੈ ਨਾ ਉਹਦੇ ਸੁਭਾਅ ਦੇ ਵਿੱਚ ਵਾਦ ਵਿਵਾਦ ਹੈ ਤੇ ਨਾ ਉਹਦਾ ਦੁਨੀਆਂ ਦੇ ਨਾਲ ਵਿਵਾਦ ਵਿਵਾਦ ਹੈ ਇੱਕ ਬਚਨ ਕਹਿ ਕੇ ਆਪਾਂ ਸਮਾਪਤੀ ਕਰਦੇ ਹਾਂ ਹੈ ਸਿਰਫ ਇੰਨੀ ਸਾਧਨਾ ਆਪਣੇ ਅੰਦਰ ਉਹ ਜਿਹੜਾ ਦਰਖਤ ਹੈ ਸਾਧਨਾ ਦੇ ਨਾਲ ਬੀਜ ਰੂਪ ਤੋਂ ਦਰਖਤ ਬਣੇ ਤੇ ਇਹਨੂੰ ਫਲ ਲੱਗੇ ਸੁਭਾਅ ਦਾ ਬੈਰਾਗ ਦਾ ਸੁਭਾਅ ਵਾਲਾ ਮਹਾਰਾਜ ਆਖਦੇ ਹੁੰਦੇ ਨੇ ਗੁਰੂ ਅਰਜਨ ਸਾਹਿਬ ਸਹਿਣ ਸੀਲ ਸੰਤੰ ਸਮ ਮਿਤ੍ਰस्य ਦੁਰਦਨਾ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਅਬਦ ਹੋਏ ਉਪਤਿਸ਼ਟ ਤੇ ਸੰਤ ਸਾਰਿਆਂ ਦੇ ਲਈ ਬਰਾਬਰ ਹੈ ਇਹ ਨਹੀਂ ਕਿ ਜਿਨੇ ਉਹਨੂੰ ਤਾਰੀਫ ਕੀਤੀ ਹੈ ਉਹਦੀ ਜਿਨੇ ਭੋਜਨ ਲਿਆ ਕੇ ਰੱਖਿਆ ਹੈ ਉਹਦੇ ਲਈ ਕੋਈ ਸਪੈਸ਼ਲ ਗੱਲਾਂ ਨੇ ਤੇ ਜਿੰਨੇ ਹਥਿਆਰ ਲੈ ਕੇ ਹਮਲਾ ਕਰ ਦਿੱਤਾ ਹੈ ਉਹਦੇ ਲਈ ਕਿਤੇ ਬਾਦ ਅਸੀਸਾਂ ਨਿਕਲਦੀਆਂ ਪਈਆਂ ਨੇ ਉਹਦੇ ਲਈ ਵੀ ਬਰਾਬਰੀ ਹੈ ਉਹਦੇ ਲਈ ਦਿਲ ਉਹਦੇ ਲਈ ਵੀ ਉਹਦਾ ਬਰਾਬਰੀ ਦਾ ਸੋਚੇਗਾ ਸਾਧੂ ਸ਼ਾਂ ਦੇ ਵਰਗਾ ਹੈ ਇਸ ਰੂਪ ਦੇ ਵਿੱਚ ਸੁਭਾਅ ਆ ਗਿਆ ਜਦੋਂ ਅਸੀਂ ਆਖਦੇ ਹਾਂ ਨਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੇ ਜਹਾਂਗੀਰ ਖਤਮ ਕਰਨ ਵਾਲਾ ਹੈ ਤੇ ਗੁਰੂ ਸੈਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਹਾਂਗੀਰ ਦੇ ਨਾਲ ਕਿਉਂ ਮੀਟਿੰਗ ਕਰ ਲੈਂਦੇ ਨੇ ਬਸ ਇਹੀ ਸੁਭਾਅ ਹੈ ਉਹ ਸ਼ਾਮ ਵਾਲਾ ਸੁਭਾਅ ਹੋ ਚੁੱਕਾ ਹੈ ਕਿ ਜਿਹੜਾ ਆਵੇਗਾ ਉਨਵੇਂ ਨਹੀਂ ਆਖਿਆ ਜਾਵੇਗਾ ਵੀ ਤੂੰ ਮੇਰੇ ਹੇਠਾਂ ਕਿਉਂ ਆ ਗਿਆ ਹੈ। ਵੀ ਔਰੰਗਜ਼ੇਬ ਮਹਾਰਾਜ ਜੀ ਦਾ ਪਰਿਵਾਰ ਖਤਮ ਕਰ ਦਿੰਦਾ ਹੈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਉਹੀ ਔਰੰਗਜ਼ੇਬ ਦੇ ਨਾਲ ਮਿਲਣ ਦੇ ਲਈ ਸੱਚੇ ਪਾਤਸ਼ਾਹ ਜੀ ਦਖਣ ਵੱਲੋਂ ਤੁਰਦੇ ਵੀ ਨਹੀਂ। ਵੇਖਣ ਨੂੰ ਤੇ ਇਹ ਕਿਹਾ ਜਾਂਦਾ ਵੀ ਇਹ ਕਿਹੜੀ ਨੀਤੀ ਹੋਈ। ਵੀ ਕਿਉਂ ਮਿਲਿਆ ਜਾਵੇ। ਪਰ ਉਥੇ ਸੁਭਾਅ ਵੇਖਣਾ ਪਵੇਗਾ ਵੀ ਮਹਾਰਾਜ ਜੀ ਕਿਸ ਸੁਭਾਅ ਦੇ ਵਿੱਚ ਵਿਚਰਦੇ ਪਏ ਨੇ। ਉਥੇ ਹਜ਼ੂਰ ਇਹੀ ਕਹਿਣਗੇ ਕਿਸ ਸ਼ਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਬਾਦ। ਉਹ ਝਗੜਿਆਂ ਤੋਂ ਬਾਅਦ ਵੀ ਝਗੜਾ ਸੁਰਤ ਦੇ ਵਿੱਚ ਨਹੀਂ ਹੈ ਜਿੱਦਾਂ ਦਾਨ ਹੱਥੋਂ ਛੁੱਟ ਗਿਆ ਤੇ ਦਿਮਾਗ ਤੋਂ ਵੀ ਛੁੱਟ ਗਿਆ ਉਹ ਝਗੜਾ ਹੈ ਉਹ ਨਿਕਲ ਚੁੱਕਾ ਹੈ ਚੇਤੇ ਦੇ ਵਿੱਚੋਂ ਵੀ ਗੱਲ ਦੇ ਵਿੱਚੋਂ ਵੀ ਹਾਂ ਜਿੱਥੇ ਸਿਧਾਂਤ ਦੀ ਗੱਲ ਆਵੇਗੀ ਉੱਥੇ ਸੱਚੇ ਪਾਤਸ਼ਾਹ ਫਿਰ ਉਸ ਗੱਲ ਨੂੰ ਚੇਤੇ ਕਰਵਾ ਦੇਣਗੇ ਪਰ ਇਦਾਂ ਨਹੀਂ ਹੋਵੇਗਾ ਕਿ ਸੁਰਤ ਦੇ ਵਿੱਚ ਇਹ ਚੀਜ਼ਾਂ ਦੌੜਦੀਆਂ ਰਹੀਆਂ ਦੌੜਦੀਆਂ ਰਹੀਆਂ ਤੇ ਆਪਣਾ ਸੁਭਾਅ ਤਿਆਗ ਦਿੱਤਾ ਹੈ ਕਹਿੰਦੇ ਨਹੀਂ ਸਾਧੂ ਹਰ ਵੇਲੇ ਸ਼ਾਂ ਵਾਲਾ ਹੈ ਮੈਂ ਜਿਵੇਂ ਅਰੰਭਤਾ ਚ ਬੇਨਤੀ ਕੀਤੀ ਹੈ ਥੋੜਾ ਜਿਹਾ ਔਖਾ ਹੈ ਇਹ ਸਬਜੈਕਟ ਸਮਝਣਾ ਕਿਉਂਕਿ ਸਾਧਨਾ ਵਾਲਾ ਪਾਸਾ ਹੈ ਜਿਵੇਂ ਵੀ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਮੈਂ ਆਪ ਜੀ ਦੇ ਅੱਗੇ ਰੱਖ ਦਿੱਤੀ ਹੈ ਮਹਾਰਾਜ ਨੇ ਜਿੱਦਾਂ ਦੀ ਮਤ ਦਿੱਤੀ ਹੈ ਮੈਂ ਨਹੀਂ ਕਹਿੰਦਾ ਇਹ ਅੰਤਿਮ ਸੱਚ ਹੈ ਤੇ ਇਹ ਜਤੋਂ ਉੱਤੇ ਕੁਝ ਵੀ ਨਹੀਂ ਆਪਣੀ ਆਪਣੀ ਸਾਧਨਾ ਹੈ ਸਾਰਿਆਂ ਦੀ ਜਿੰਨੀ ਮਾਲਕ ਨੇ ਮਤ ਦਿੱਤੀ ਹੈ ਮੈਂ ਆਪ ਜੀ ਦੇ ਅੱਗੇ ਰੱਖ ਦਿੱਤੀ ਹੈ ਗੱਲ ਪਰ ਇਹ ਦੋ ਤਿੰਨ ਸ਼ਲੋਕ ਇਸੇ ਪਾਸੇ ਦੇ ਨੇ ਅੰਦਰ ਸਾਧਨਾ ਦਾ ਦਰਖਤ ਪੈਦਾ ਹੋਵੇ ਤਾਂ ਇਹਨੂੰ ਫਲ ਲੱਗਦਾ ਹੈ ਨਹੀਂ ਤੇ ਬੀਜ ਤੇ ਸਾਰਿਆਂ ਦੇ ਅੰਦਰ ਹੈ ਹੀ ਉਸ ਬੀਜ ਨੂੰ ਬਚਾਈ ਫਿਰਦੇ ਨੇ ਸਾਰੇ ਉਹਨੂੰ ਕੋਈ ਪੁੰਗਰਨ ਹੀ ਨਹੀਂ ਦਿੰਦਾ ਉਹਨੂੰ ਕੋਈ ਵੱਡਾ ਹੀ ਨਹੀਂ ਹੋਣ ਦਿੰਦਾ ਤੇ ਹਰ ਇੱਕ ਨੂੰ ਧਾਰਮਿਕ ਹੋਣ ਦਾ ਵਹਿਮ ਹੋ ਗਿਆ ਹੈ ਪਰ ਇਹ ਇਸ ਇਹੋ ਜੀ ਧਾਰਮਿਕਤਾ ਉਹ ਗੈਰ ਧਾਰਮਿਕਤਾ ਬਰਾਬਰ ਹੀ ਹੁੰਦੀ ਹੈ ਕੋਈ ਵੱਡਾ ਫਰਕ ਨਹੀਂ ਹੁੰਦਾ ਅੰਦਰ ਮਾਲਕ ਦੇ ਨਾਮ ਦਾ ਇੱਕ ਦਰਖਤ ਪੈਦਾ ਹੋਵੇ ਇਹ ਇਸ ਸਾਧਨਾਂ ਦਾ ਪਾਸਾ ਹੈ ਸ਼ਬਦ ਇਸੇ ਕਰਕੇ ਸੁਣਦੇ ਹਾਂ ਕਿ ਸ਼ਾਇਦ ਕਿਤੇ ਉਹ ਬੀਜ ਫੁੱਟ ਜਾਵੇ ਸਾਡੇ ਅੰਦਰ ਕੀਰਤਨ ਇਸੇ ਕਰਕੇ ਸੁਣਦੇ ਹਾਂ ਉਹ ਬੀਜ ਕਿਤੇ ਟੁੱਟ ਜਾਵੇ ਅੰਦਰ ਤੇ ਕਿਤੇ ਰੱਬ ਦੇ ਨਾਮ ਦਾ ਫਲ ਉਗ ਪਵੇ ਕਿਤੇ ਸ਼ਾਇਦ ਇਦਾਂ ਹੋ ਜਾਵੇ ਹਜ਼ੂਰ ਕਿਰਪਾ ਕਰਨ